अकाल चैनल नू सब्सक्राइब करो, नवी वीडियोस दी नोटिफिकेशन दे लई बेल आइकन नू क्लिक करना ना भूलना। ਸਤਿ ਸ਼੍ਰੀ ਅਕਾਲ ਸਲਾਮ ਅਰਜ ਸਾਰੇ ਹੀ ਦੇਸ਼ ਵਿਦੇਸ਼ ਦੇ ਸਤਿਕਾਰਤ ਦਰਸ਼ਕਾਂ ਨੂੰ ਜੋ ਇਸ ਵਕਤ ਅਕਾਲ ਚੈਨਲ ਦੇ ਪ੍ਰੋਗਰਾਮ ਸੱਚ ਦਾ ਸਾਹਮਣਾ ਦੇ ਨਾਲ ਜੁੜੇ ਨੇ। ਮੈਂ ਤੁਹਾਡਾ ਦੋਸਤ ਪਰਮਿੰਦਰ ਸਿੰਘ ਟਿਵਾਣਾ। ਇਸ ਪ੍ਰੋਗਰਾਮ ਦੇ ਵਿੱਚ ਆਪਾਂ ਦੋ ਮੁਅੱਜ਼ਜ਼ ਮਹਿਮਾਨਾਂ ਨੂੰ ਸੱਦਾ ਦਿੱਤਾ ਹੈ, ਜਿਨ੍ਹਾਂ ਦੀ ਜਾਣ ਪਹਿਚਾਣ ਮੈਂ ਤੁਹਾਡੇ ਨਾਲ ਕਰਾ ਦਿਆਂ। ਮੇਰੇ ਬਿਲਕੁਲ ਨਾਲ ਬੈਠੇ ਨੇ ਸਾਹ ਨਾਮਦੇਵ ਸਿੰਘ ਸਿੱਧੂ। ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਿੱਧੂ ਸਾਹਿਬ ਬਹੁ ਪੱਖੀ ਸ਼ਖਸੀਅਤ ਨੇ, ਚੋਣ ਕਮਿਸ਼ਨ ਦੇ ਤਹਿਸੀਲਦਾਰ ਨੇ, ਖੋਜੀ ਲੇਖਕ ਨੇ, ਸਿੱਧੂ ਬਰਾੜਾਂ ਦਾ ਇਤਿਹਾਸ ਜਾਂ ਹੋਰ ਕਈ ਕਿਤਾਬਾਂ ਸਫ਼ਰਨਾਮੇ ਲਿਖੇ ਨੇ, ਰਾਜਨੀਤਿਕ ਮਾਮਲਿਆਂ ਦੀ ਇਲੈਕਸ਼ਨ ਦੀ ਪੈੜ ਕਾਫੀ ਨੱਪਦੇ ਨੇ। ਬੜੀ ਬੇਵਾਕੀ ਦੇ ਨਾਲ ਜੋਬ ਇਹਨਾਂ ਨੇ ਚੋਣ ਕਮਿਸ਼ਨ ਦੀ ਕੀਤੀ ਹੈ। ਅਤੇ ਦੂਸਰੇ ਆਪਣੇ ਮੌਜੂਦ ਮਹਿਮਾਨ ਰਾਜਨੀਤਿਕ ਮਾਮਲਿਆਂ ਦੇ ਮਾਹਰ, ਬਹੁਪੱਖੀ ਸ਼ਖਸੀਅਤ ਅਤੇ ਵਿਦਿਆਰਥੀ ਯੂਨੀਅਨ ਆਗੂ ਰਹੇ ਸਾਹ ਸੁਰਿੰਦਰ ਸਿੰਘ ਜੀ। ਸਵਾਗਤ ਤੁਹਾਡਾ, ਸਤਿ ਸ਼੍ਰੀ ਅਕਾਲ। ਅਤੇ ਦੋਸਤੋ, ਜਿਸ ਤਰ੍ਹਾਂ ਪੰਜਾਬ ਦੀ ਸਿਆਸਤ, ਪੋਲੀਟੀਕਲ ਸਿਸਟਮ, ਪੰਥਕ ਪਾਰਟੀਆਂ ਦਾ ਜੋ ਕੁਛ ਹੋ ਰਿਹਾ, ਸਿੱਖਾਂ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੜ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਚੁਣ ਲਿਆ ਗਿਆ, ਇਸ ਪਿੱਛੋਂ ਕੀ ਹਾਲਾਤ ਸ਼੍ਰੋਮਣੀ ਅਕਾਲੀ ਦਲ ਦੇ ਰਹਿਣਗੇ? ਬੇਅਦਬੀ ਦਾ ਮਾਮਲੇ ਦੀ ਵੀ ਜਿਹੜੀ ਗੱਲਬਾਤ ਚਰਚਾ ਦੇ ਵਿੱਚ ਹੈ, ਉਹਨਾਂ ਸਾਰੇ ਵਿਸ਼ਿਆਂ ਦੇ ਮੁਤਾਬਕ ਥੋੜ੍ਹਾ ਭਾਰਤ ਦੇ ਪੰਜ ਸੂਬਿਆਂ ਦੀਆਂ ਚੋਣਾਂ 'ਚ ਕੀ ਕੁਛ ਹੋ ਰਿਹਾ ਉਸ ਮੁਤਾਬਕ ਵੀ ਥੋੜ੍ਹੀਆਂ ਜਾਣਕਾਰੀਆਂ ਆਪਾਂ ਇਹਨਾਂ ਮੌਜੂਦ ਮਹਿਮਾਨਾਂ ਤੋਂ ਲੈਣੀਆਂ ਨੇ। ਸ਼ੁਰੂਆਤ ਮੈਂ ਕਰਦਾ ਸਾਹ ਨਾਮਦੇਵ ਸਿੰਘ ਸਿੱਧੂ ਸਾਹਿਬ, ਜਿਸ ਤਰ੍ਹਾਂ ਚੋਣ ਪ੍ਰੋਸੈਸ ਤੁਸੀਂ ਜਿਹੜਾ ਵੇਖਿਆ, ਭਾਰਤ ਦਾ ਇਲੈਕਸ਼ਨ ਸਿਸਟਮ ਕੀ ਕਹਿੰਦਾ, ਉਸ ਮੁਤਾਬਕ ਅਕਸਰ ਅਕਾਲੀ ਦਲ 'ਤੇ ਸਵਾਲ ਉੱਠਦਾ ਹੈ, ਇਸ ਵਾਰ ਵੀ ਉੱਠਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਲਿਫਾਫੇ 'ਚੋਂ ਨਿਕਲਦਾ, ਪਰ ਸਾਰੇ ਮੈਂਬਰਾਂ ਨੇ ਰਾਈਟਸ ਨੇ ਜਿਹੜੇ ਉਹ ਦੇ ਦਿੱਤੇ ਨੇ ਸੁਖਬੀਰ ਬਾਦਲ ਪ੍ਰੈਜ਼ੀਡੈਂਟ ਨੂੰ। ਅਤੇ ਚੋਣ ਪ੍ਰਕਿਰਿਆ ਕੀ ਕਹਿੰਦੀ ਹੈ ਕਿ ਇਹ ਲਿਫਾਫਾ ਕਲਚਰ ਹੈ ਜਾਂ ਲੋਕਤੰਤਰ ਸਿਸਟਮ ਹੈ? ਕਿਉਂਕਿ ਅਕਾਲੀ ਦਲ ਦਾਅਵਾ ਕਰਦਾ ਕਿ ਅਸੀਂ ਲੋਕਤੰਤਰੀ ਤਰੀਕੇ ਨਾਲ ਪ੍ਰਧਾਨ ਚੁਣਦੇ, ਤੁਹਾਨੂੰ ਕੀ ਲੱਗਦਾ ਇਹ ਕਾਨੂੰਨ ਨੁਕਤਾ ਨਿਗਾਹ ਕੀ ਕਹਿੰਦਾ ਦੇਸ਼ ਦਾ? ਜੇ ਇੱਕ ਬੰਦ ਕਮਰੇ ਦੇ ਵਿੱਚ ਸਾਰੇ ਮੈਂਬਰਾਂ ਨੂੰ ਇਹ ਕਹਿ ਦਿੱਤਾ ਜਾਵੇ ਵੀ ਤੁਸੀਂ ਮੇਰੇ ਹੱਕ ਦੇ ਵਿੱਚ ਗੱਲ ਕਰਨੀ ਹੈ, ਇਹ ਜਦੋਂ ਹਾਊਸ ਦੇ ਵਿੱਚ ਇਕੱਠ ਹੋਊਗਾ, ਉਹਦੇ 'ਤੇ ਪ੍ਰੈਸ਼ਰ ਪਾਉਣਗੇ ਉੱਤੇ, ਤਾਂ ਉਹ ਇੰਨੇ ਟਿਮਿਡ ਹੋ ਜਾਣਗੇ, ਉਹ ਜਦੋਂ ਬਾਹਰ ਇਕੱਠੇ ਹੋਣਗੇ ਉਹਨਾਂ ਦੇ ਉੱਤੇ ਇਹਨਾਂ ਨੇ ਅਬਜ਼ਰਵਰ ਲਾਏ ਹੁੰਦੇ ਆ ਵੀ ਇਹ ਦੇਖੀ ਕਿਹਦੀ ਆਵਾਜ਼ ਕਿੱਧਰਲੇ ਪਾਸੇ ਜਾਂਦੀ ਹੈ, ਅਤੇ ਇਹਨਾਂ ਨੂੰ ਫਿਊਚਰ ਦੇ ਵਿੱਚ ਆਪਾਂ ਫਿਰ ਦੇਖਾਂਗੇ। ਉਹ ਇੰਨੇ ਕੁ ਗੁਲਾਮ ਹੋ ਚੁੱਕੇ ਹੁੰਦੇ ਆ, ਉਹਨਾਂ ਨੇ ਉਹੀ ਗੱਲ, ਉਹ ਦੇ ਆਰ ਰੋਬੋਜ਼ ਆਫ ਬਾਦਲਸ, ਰੋਬੋਟਸ ਨੇ ਉਹ ਉਹਨਾਂ ਦੇ। ਪਰ ਜਦੋਂ ਕੋਈ ਵਿਰੋਧ ਤਾਂ ਨਹੀਂ ਹੈ ਕਿ ਇਲੈਕਸ਼ਨ ਕਮਿਸ਼ਨ ਜਾਂ ਇਹ ਚੀਜ਼ਾਂ ਕੋਈ ਉਹਨਾਂ 'ਤੇ ਉੱਨੀ ਦੇਰ ਤਾਂ ਕੋਈ ਉਜ਼ਰ, ਜਿੰਨੀ ਦੇਰ ਅਗਲੇ ਇਤਰਾਜ਼ ਨਹੀਂ ਕਰਦੇ ਉਹ ਸਰਬਸੰਮਤੀ ਨਾਲ ਆਪਣੇ ਹੱਕ ਹਕੂਕ ਦੇ ਚੁੱਕੇ ਨੇ, ਉੱਨੀ ਦੇਰ ਤਾਂ ਚੋਣ ਕਮਿਸ਼ਨ ਦਾ ਕੋਈ ਵੀ ਅਧਿਕਾਰੀ ਜਾਂ ਕੋਈ ਵੀ ਨਿਯਮ ਉਹਨਾਂ 'ਤੇ ਲਾਗੂ ਹੀ ਨਹੀਂ ਹੁੰਦਾ ਜਿੰਨੀ ਦੇਰ ਉਹਨਾਂ ਦੀ ਜਨਤਕ ਤੌਰ 'ਤੇ ਸਹਿਮਤੀ ਹੈ। ਨਹੀਂ, ਜਨਤਕ ਤੌਰ 'ਤੇ ਇਸ ਤਰੀਕੇ ਦੇ ਨਾਲ ਸਹਿਮਤੀ ਨਹੀਂ ਨਾ ਹੋਣੀ ਚਾਹੀਦੀ। ਇਹ ਤਾਂ ਪਹਿਲਾਂ ਗੇਮ ਪਲੇ ਕਰਦੇ ਆ, ਇਹ ਹਫ਼ਤਿਆਂ ਬੱਧੀ ਗੇਮ ਪਲੇ ਕਰਦੇ ਆ। ਇਹ ਤੁਸੀਂ ਦੇਖੋ ਉਹਦੀਆਂ, ਜਿਹੜਾ ਬੰਦਾ ਚੁਣਿਆ ਜਾ ਰਿਹਾ ਉਹ ਦੇਖੋ ਵੀ ਪਬਲਿਕ ਦੇ ਵਿੱਚ ਉਹਦਾ ਕੀ ਇਮੇਜ ਹੈ, ਉਹਦੀ ਕਿੰਨੀ ਕੁ ਕੁਆਲੀਫਿਕੇਸ਼ਨ ਹੈ, ਉਹ ਸਿੱਖ ਧਰਮ ਬਾਰੇ ਜਾਣਦਾ ਕੀ ਹੈ, ਉਹ ਇੰਡੀਪੈਂਡੈਂਟ ਫੈਸਲੇ ਲੈ ਸਕਦਾ ਜਾਂ ਨਹੀਂ ਲੈ ਸਕਦਾ, ਉਹ ਕਿੰਨਾ ਕੁ ਬੇਬਾਕੀ ਨਾਲ ਬੋਲ ਸਕਦਾ ਹੈ। ਇਹ ਤਾਂ ਸਾਰੀਆਂ ਗੱਲਾਂ ਪਹਿਲਾਂ ਉਹ ਜਨਤਾ ਦੇ ਵਿੱਚ ਉਹਦਾ ਪ੍ਰਚਾਰ ਹੋਣਾ ਚਾਹੀਦਾ ਵੀ ਇਹ, ਹਾਂ ਇਹ ਬੰਦਾ ਠੀਕ ਚੁਣਿਆ ਗਿਆ ਜੀ। ਖੈਰ, ਆਪਾਂ ਇਸ ਗੁਰਦੁਆਰਾ ਚੋਣ ਕਮਿਸ਼ਨ ਦੇ ਪ੍ਰੋਸੈਸ 'ਤੇ ਵੀ ਅੱਗੇ ਵਧਾਂਗੇ। ਸਿੱਧੂ ਸਾਹਿਬ, ਸ਼ੁਰੂਆਤ ਕਰਦੇ ਹਾਂ ਇਸ ਦੇ ਪੋਲੀਟੀਕਲ ਸਿਸਟਮ ਦੀ। ਸਰ ਸੁਰਿੰਦਰ ਸਿੰਘ ਜੀ, ਕੀ ਲੱਗਦਾ ਕਿ ਜਿਸ ਤਰ੍ਹਾਂ ਟਕਸਾਲੀ ਬਾਹਰ ਗਏ ਨੇ SGPC ਦੇ ਪ੍ਰਧਾਨ ਬਣਨ ਨੂੰ ਲੈ ਕੇ, ਕਈ ਅਜੇ ਠੰਡੇ ਮਤੇ ਨਾਲ ਸੀਗੇ, ਇਹ ਜਿਹੜਾ ਭਾਈ ਗੋਬਿੰਦ ਸਿੰਘ ਲੌਂਗੋਵਾਲ ਮੁੜ ਪ੍ਰਧਾਨ ਬਣੇ ਨੇ, ਕੀ ਤੁਸੀਂ ਰਾਜਨੀਤਿਕ ਪੱਖ ਇਸ ਦਾ ਵੇਖ ਰਹੇ ਹੋ ਜੀ? ਪਰਮਿੰਦਰ, ਜਿੱਥੋਂ ਤੱਕ ਗੋਬਿੰਦ ਸਿੰਘ ਲੌਂਗੋਵਾਲ ਦਾ ਪ੍ਰਧਾਨ ਦੁਆਰਾ ਚੁਣਿਆ ਜਾਣਾ, ਉਹ ਤਕਰੀਬਨ ਤੈਅ ਸੀ ਜਦੋਂ ਕਿ ਅਲੱਗ ਅਲੱਗ ਨਿਊਜ਼ ਪੇਪਰ ਜਿਹੜੇ ਸੀਗੇ ਉਹਨਾਂ ਦੇ ਅੰਦਰ ਜਿਹੜੀਆਂ ਹੋਰ ਖਬਰਾਂ ਉੱਠ ਕੇ ਆ ਰਹੀਆਂ ਸੀ, ਉਹ ਭਾਵੇਂ ਕਿ ਦੋ ਕੈਂਡੀਡੇਟਾਂ ਦੇ ਹੋਰ ਵੀ ਨਾਂ ਆ ਰਹੇ ਸੀ ਉਹ ਆ ਰਹੇ ਸੀਗੇ, ਲੇਕਿਨ ਸਭ ਤੋਂ ਵੱਡੀ ਪ੍ਰੋਬਲਮ ਕੀ ਸੀ ਕਿ ਜਦੋਂ ਪਿਛਲੀ ਵਾਰ ਵੀ ਚੁਣਿਆ ਉਸ ਵੇਲੇ ਢੀਂਡਸਾ ਸਾਹਿਬ ਦੀ ਜਿਹੜੀ ਵਿਰੋਧਤਾ ਸੀ ਉਸ ਕਰਕੇ ਇਹ ਪਾਰਟੀ ਪ੍ਰਧਾਨ ਦਾ ਇਹ ਫੈਸਲਾ ਸੀ। ਉਸ ਵੇਲੇ ਵੀ ਦੋ ਨਾਂ ਢੀਂਡਸਾ ਸਾਹਿਬ ਨੂੰ ਸੁਝਾਏ ਗਏ ਸੀ, ਇੱਕ ਬਲਵੀਰ ਸਿੰਘ ਕੁਨਸ ਅਤੇ ਇੱਕ ਗੋਬਿੰਦ ਸਿੰਘ ਲੌਂਗੋਵਾਲ, ਕਿ ਇਹ ਦੋਨਾਂ ਨੂੰ ਪ੍ਰਧਾਨ ਬਣਾਉਣਾ, ਤੁਸੀਂ ਦੱਸੋ ਦੋਵਾਂ 'ਚੋਂ ਕਿਹਨੂੰ ਬਣਾਈਏ, ਅਤੇ ਦੋਵਾਂ 'ਚੋਂ ਇੱਕ ਚੁਆਇਸ ਸੀ, ਇੱਕ ਉਹਨਾਂ ਨੇ ਜਿਹੜਾ ਉਸ ਵੇਲੇ ਵੀ ਚੁਣ ਲਿਆ, ਅਤੇ ਅੱਜ ਕਿਉਂਕਿ ਢੀਂਡਸਾ ਸਾਹਿਬ ਬਿਲਕੁਲ ਵਿਰੋਧ ਵਿੱਚ ਖੜ੍ਹੇ ਨੇ ਅਤੇ ਇਸ ਕਰਕੇ ਸੁਭਾਵਿਕ ਸੀਗਾ
ਕਿ ਉਹਨਾਂ ਨੇ ਉਹਨਾਂ ਦੇ ਡਿਸਟ੍ਰਿਕਟ ਦੇ ਵਿੱਚ ਜਿਹੜਾ ਉਹਨਾਂ ਦਾ ਆਪੋਜੀਸ਼ਨ ਗਰੁੱਪ ਸੀ ਉਹਨੂੰ ਸਟਰੋਂਗ ਕਰਨਾ ਸੀ ਉਹਦਾ ਕਰਕੇ ਇਹਨਾਂ ਦਾ ਪ੍ਰਧਾਨ ਚੁਣਿਆ ਜਾਣਾ ਜਿਹੜਾ ਉਹ ਤਕਰੀਬਨ ਤੈਅ ਸੀਗਾ। ਜਿੱਥੋਂ ਤੱਕ ਰਹੀ ਟਕਸਾਲੀਆਂ ਦੀ ਗੱਲ, ਉਹ ਵਿਰੋਧ ਤਾਂ ਬਹੁਤ ਨੇ, ਅਜੇ ਪਰਮਿੰਦਰ ਟਾਈਮ ਲੱਗੇਗਾ। ਉਹ ਹਾਲਾਤ ਜਿਹੜੇ ਆ, ਹਾਲਾਤ ਦੇਖ ਦੇਖ ਕੇ ਨਾ ਅਲੱਗ ਅਲੱਗ ਵਿਚਾਰਧਾਰਾ ਦੇ ਲੋਕ ਜਿਹੜੇ ਨੇ ਉਹ ਅਕਾਲੀ ਦਲ ਦੇ ਵਿੱਚ ਬੈਠੇ ਨੇ, ਠੀਕ ਹੈ। ਉਹਨਾਂ ਨੇ ਆਪਣਾ ਆਪਣਾ ਪਲੜਾ ਭਾਰੀ ਦੇਖਣਾ ਕਿ ਉਹਨਾਂ ਦਾ ਪਲੜਾ ਕਿੱਧਰ ਦਾ ਭਾਰੀ ਆ ਅਤੇ ਉਹਨਾਂ ਦੀ ਵੁਕਤ ਕਿੱਥੇ ਪੈਂਦੀ ਆ। ਉਹ ਹਿਸਾਬ ਦੇ ਨਾਲ ਜਿਹੜਾ ਉਹ ਅਕਾਲੀ ਦਲ ਨੂੰ ਉਹਨਾਂ ਕੋਲ ਧੱਕਾ ਲੱਗੇਗਾ। ਜਿਸ ਬੰਦੇ ਨੂੰ ਇਹ ਦਿਖੇਗਾ ਕਿ ਮੇਰੇ ਰਸਤੇ ਸਾਰੇ ਬੰਦ ਹੋ ਗਏ ਆ, ਤਾਂ ਉਹ ਸਵੇਰ ਚੜ੍ਹਦੀ ਨੂੰ ਜਿਹੜਾ ਉਹ ਅਲਵਿਦਾ ਕਹਿ ਜਾਏਗਾ। ਜਿਸ ਬੰਦੇ ਨੂੰ ਅਜੇ ਕੋਈ ਆਸ ਦੀ ਕਿਰਨ ਦਿਖੇਗੀ, ਉਹ ਓਨੀ ਦੇਰ ਤੱਕ ਜਿਹੜਾ ਉਹ ਅਕਾਲੀ ਦਲ ਦੇ ਨਾਲ ਲਟਕਦਾ ਤੁਰਿਆ ਚੱਲੇਗਾ, ਓਨੀ ਦੇਰ ਤੱਕ ਉਹ ਅਕਾਲੀ ਦਲ ਦਾ ਜਿਹੜਾ ਉਹ ਸਾਥ ਨਹੀਂ ਛੱਡੇਗਾ। ਜੀ ਸਿੱਧੂ ਸਾਹਿਬ, ਜਿਹੜਾ ਗੁਰਦੁਆਰਾ ਚੋਣ ਕਮਿਸ਼ਨ ਹੈ ਉਹਦਾ ਅਤੇ ਭਾਰਤ ਸਰਕਾਰ ਦੇ ਇਹਨਾਂ ਚੋਣ ਕਮਿਸ਼ਨਾਂ ਦੇ ਰੂਲ ਐਂਡ ਰੈਗੂਲੇਸ਼ਨ ਦੇ ਵਿੱਚ ਵੀ ਕੋਈ ਫਰਕ ਹੈ, ਜਾਂ ਇਹਨਾਂ ਜਿਹੜੀਆਂ ਇਹ ਪ੍ਰਧਾਨਗੀਆਂ ਐਸ ਜੀ ਪੀ ਸੀ ਦੀਆਂ ਹੁੰਦੀਆਂ ਨੇ, ਕੀ ਇਹਨਾਂ ਨੂੰ ਕੋਈ ਅਦਾਲਤੀ ਚੁਣੌਤੀਆਂ ਵੀ ਦਿੱਤੀਆਂ ਜਾ ਸਕਦੀਆਂ ਨੇ? ਹਾਂਜੀ, ਦਿੱਤੀਆਂ ਜਾ ਸਕਦੀਆਂ ਨੇ। ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਹੈਗਾ, ਗੁਰਦੁਆਰਾ ਚੋਣ ਕਮਿਸ਼ਨ ਜਿਹੜਾ ਹੈਗਾ ਉਹ ਸਵਰਨ ਹੈ, ਇਹਦੇ ਵਿੱਚ ਚੋਣਾਂ ਉਹ, ਲੇਕਿਨ ਉਹ ਐਸ ਜੀ ਪੀ ਸੀ ਦੀਆਂ ਚੋਣਾਂ ਕਰਾਉਂਦਾ ਜਨਰਲ ਹਾਊਸ ਦੀਆਂ। ਜੀ, ਪਰ ਹੁਣ ਤੇ ਕੋਈ ਚਰਚਾ ਜੀ ਨਹੀਂ ਕਦੇ, ਪਹਿਲਾਂ ਕਸ਼ਮੀਰ ਸਿੰਘ ਪੱਟੀ ਹੁੰਦੇ ਸੀ, ਸੁਰਿੰਦਰ ਸਿੰਘ ਜੀ ਹਨਾ ਇਹਨਾਂ ਦੇ, ਅੱਜ ਕੱਲ੍ਹ ਸਤਨਾਮ ਸਿੰਘ ਕਲੇਰ ਨੇ, ਸਿੱਖ ਗੁਰਦੁਆਰਾ ਜੁਡੀਸ਼ਰੀ ਕਮਿਸ਼ਨ ਦੇ ਚੇਅਰਮੈਨ ਜਿਹੜੇ ਨੇ ਉਹ ਨੇ ਅੱਜ ਕੱਲ੍ਹ, ਕੋਈ ਬਹੁਤਾ ਮਤਲਬ ਚਰਚਾ ਚ ਨਹੀਂ ਉਹ ਵੀ ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਅਪੁਆਇੰਟਮੈਂਟਸ ਹੁੰਦੀਆਂ? ਨਹੀਂ ਨਹੀਂ ਨਹੀਂ, ਸ਼੍ਰੋਮਣੀ ਅਕਾਲੀ ਉਹਨੂੰ ਗ੍ਰਹਿ ਮੰਤਰਾਲਾ ਜਿਹੜਾ ਹੈਗਾ ਉਹਨੂੰ ਉਹ ਕਰਦਾ ਹੈਗਾ, ਯੈਸ ਕਰਦਾ, ਨੋਮੀਨੇਸ਼ਨ ਇਹ ਭੇਜਦੇ ਆ। ਪਹਿਲਾਂ ਇਹਨਾਂ ਦੇ ਜਿਹੜੇ ਹੈਗੇ ਆ ਸੇਖੋਂ ਸਾਹਿਬ ਸੀਗੇ, ਇਹਨਾਂ ਦੇ ਵੱਡੇ ਭਰਾ ਸੀਗੇ, ਉਹਨਾਂ ਨੇ ਕਾਫੀ ਟਾਈਮ ਉਹ ਰਹੇ ਹੈਗੇ ਆ, ਜਿਹੜੇ ਚੀਫ ਗੁਰਦੁਆਰਾ ਕਮਿਸ਼ਨਰ ਹੈਗੇ ਆ ਉਹ ਰਹੇ ਨੇ। ਇਹਨਾਂ ਦੀ ਬਕਾਇਦਾ ਅਦਾਲਤ ਜਿਹੜਾ ਸੈਕਟਰ 8 ਹੈਗਾ ਉਹਦੇ ਵਿੱਚ ਇਹਨਾਂ ਦਾ ਦਫ਼ਤਰ ਵੀ ਹੈ, ਅਦਾਲਤ ਵੀ ਹੈਗੀ ਹੈ। ਅਤੇ ਜਿਹੜਾ ਜੁਡੀਸ਼ੀਅਲ ਗੁਰਦੁਆਰਾ ਕਮਿਸ਼ਨ ਹੈਗਾ, ਜੁਡੀਸ਼ੀਅਲ ਕਮਿਸ਼ਨ, ਉਹ ਅੰਮ੍ਰਿਤਸਰ ਦੇ ਵਿੱਚ ਕੰਮ ਕਰਦਾ ਹੈ। ਉਹਦੇ 'ਤੇ ਜੇ ਕਿਸੇ ਦਾ ਕੋਈ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਪਤਿਤ ਹੋ ਗਿਆ ਜਾਂ ਹੋਰ ਹੋ ਗਿਆ, ਉਹਦੇ ਕੇਸ ਉਹਨਾਂ ਦੇ ਕੋਲ ਜਾਂਦੇ ਆ, ਉਹ ਉਹਨੂੰ ਸੁਣਦੇ ਆ। ਬਟ ਜਿਹੜਾ ਜੁਡੀਸ਼ੀਅਲ ਕਮਿਸ਼ਨ ਹੈ ਉਹ ਕਦੇ ਚਰਚਾ 'ਚ ਨਹੀਂ ਆਉਂਦਾ। ਇਹ ਬੜੀ ਮੰਦਭਾਗੀ ਗੱਲ ਹੈ, ਜਿਵੇਂ ਸੁਪਰੀਮ ਕੋਰਟ ਦੇ ਫੈਸਲੇ ਆਉਂਦੇ ਆ ਜਾਂ ਹੋਰ ਆਉਂਦੇ ਆ, ਆਪਾਂ ਨੂੰ ਸਾਰਿਆਂ ਨੂੰ ਪਤਾ ਹੈਗਾ ਵੀ ਕਿਹੜੇ ਕਿੰਨੇ ਕੁਕਰਮ ਹੋਏ ਆ ਗੁਰਦੁਆਰਿਆਂ ਦੇ ਵਿੱਚ, ਕਿੰਨੇ ਕੁਕਰਮ ਹੋਏ ਆ, ਕਿੰਨਾ ਕੁਛ ਹੋਇਆ। ਇਹ ਸਾਰਾ ਕੁਛ ਜੁਡੀਸ਼ੀਅਲ ਕਮਿਸ਼ਨ ਦੇ ਰਾਹੀਂ ਜਾਣਾ ਚਾਹੀਦਾ, ਉਹਨਾਂ ਨੂੰ ਸਾਰਾ ਕੁਛ ਉਹਨਾਂ ਨੂੰ ਪਤਾ ਹੋਣਾ ਚਾਹੀਦਾ। ਇਹ ਥੋੜ੍ਹਾ ਹੀ ਹੈ ਵੀ ਜੇ ਕਿਤੇ ਕੋਈ ਸਿੱਖ ਪਤਿਤ ਹੋ ਗਿਆ ਜਾਂ ਕੋਈ ਬੇਹੁਰਮਤੀ ਹੋ ਗਈ ਜਾਂ ਕੋਈ ਉਹਦੇ ਵਿੱਚ ਇਨਵੋਲਵਡ ਹੈਗਾ, ਐਸ ਜੀ ਪੀ ਸੀ ਦਾ ਬੰਦਾ ਇਨਵੋਲਵਡ ਹੈ, ਉਸ ਗੱਲ ਦੇ ਵਿੱਚ ਹੀ ਨਾ ਆਵੇ, ਉਹ ਦੂਜੇ ਕਮਿਸ਼ਨਾਂ ਦੇ ਵਿੱਚ ਹੀ ਤੁਰਿਆ ਫਿਰੇ, ਇਹ ਬਣਿਆ ਕਾਹਦੇ ਵਾਸਤੇ ਫਿਰ ਜੁਡੀਸ਼ੀਅਲ ਕਮਿਸ਼ਨ? ਹਾਂ ਬਿਲਕੁਲ, ਇੱਕ ਐਡੀ ਵੱਡੀ ਪੋਸਟ ਹੈ। ਸਰ ਸੁਰਿੰਦਰ ਸਿੰਘ ਜੀ, ਜਿਸ ਤਰ੍ਹਾਂ ਚਰਚਾਵਾਂ ਨੇ ਵਿਧਾਨ ਸਭਾ ਦੇ ਵਿੱਚ ਵੀ ਜਾਂ ਸ਼੍ਰੋਮਣੀ ਅਕਾਲੀ ਦਲ ਨੇ ਪ੍ਰੈਸ ਕਾਨਫਰੰਸ 'ਚ ਵੀ ਸੁਖਬੀਰ ਬਾਦਲ ਹੋਰਾਂ ਨੇ ਆਖਿਆ ਕਿ ਕਾਂਗਰਸ ਸਿੱਖਾਂ ਦੀ ਜਿਹੜੀ ਸਰਵਉੱਚ ਸੰਸਥਾ ਇਹਨੂੰ ਖੋਰਾ ਲਾਉਣਾ ਚਾਹੁੰਦੀ ਹੈ, ਐਸ ਜੀ ਪੀ ਸੀ ਨੂੰ ਦੱਬਣਾ ਚਾਹੁੰਦੀ ਸੀ, ਇਹ ਗੱਲਾਂ ਵਿਧਾਨ ਸਭਾ 'ਚ ਵੀ ਕਾਂਗਰਸ ਪਾਰਟੀ ਦੇ ਕੁਛ ਲੋਕਾਂ ਨੇ ਉਠਾਈਆਂ, ਪਰ ਕਾਂਗਰਸ ਇਸ ਵਾਰੀ ਫਿਰ ਦਬਦੀ ਦਬ ਗਈ ਐਸ ਜੀ ਪੀ ਸੀ ਚੋਣਾਂ 'ਚ। ਸੁਖੀ ਰੰਧਾਵਾ ਹੋਰਾਂ ਨੇ ਕੋਸ਼ਿਸ਼ਾਂ ਤਾਂ ਕਾਫੀ ਕੀਤੀਆਂ, ਪਰ ਲੱਗਦਾ ਕੈਪਟਨ ਸਾਹਿਬ ਨਹੀਂ ਮੰਨੇ ਕਿ ਨਹੀਂ ਆਪਾਂ ਦਖਲ ਨਹੀਂ ਦੇਣਾ। ਹਾਂ ਨਹੀਂ ਪਰਮਿੰਦਰ, ਇਹ ਗੱਲ ਤਾਂ ਸੱਚ ਆ ਕਿ ਪਹਿਲਾਂ ਸਰਕਾਰ ਦਾ ਕੁਛ ਵਿਊ ਹੈਗਾ ਸੀਗਾ, ਕਿਉਂਕਿ ਤਿੰਨ ਵਜ਼ੀਰ ਤਾਂ ਸ਼ਰੇਆਮ ਕਹਿੰਦੇ ਸੀ ਸੁਖੀ ਰੰਧਾਵਾ ਹੋਰੀ ਕਿ ਅਸੀਂ ਭਾਗ ਲਵਾਂਗੇ। ਹਾਂ ਪਰਮਿੰਦਰ ਬਿਲਕੁਲ, ਭਾਗ ਉਹਨਾਂ ਦੇ ਕੋਲੇ ਜਿੰਨੇ ਮੈਂਬਰ ਸੀਗੇ, ਮੇਰੇ ਖਿਆਲ 15 ਕੁ ਮੈਂਬਰ ਸੀ ਉਹਨਾਂ ਦੇ, 13 ਮੈਂਬਰ ਕਾਂਗਰਸ ਦੇ ਕੋਲੇ ਨੇ, ਜਿਹੜੇ ਕੁਛ ਬਾਗੀ ਅਕਾਲੀ ਸੀਗੇ ਉਹਨਾਂ ਦੇ ਕੋਲੇ ਵੀ 9 ਕੁ ਮੈਂਬਰ ਹੈਗੇ ਸੀ, ਤੇ ਜਿਹੜਾ ਬਾਕੀ ਧੜਾ ਪਹਿਲਾਂ ਹੀ ਅਲੱਗ ਬੈਠਾ ਤਕਰੀਬਨ 59 ਕੁ ਮੈਂਬਰ ਉਹਨਾਂ ਦੇ ਕੋਲੇ ਵੀ ਸੀ। ਕਰਦੇ ਤਾਂ ਤਕਰੀਬਨ ਇਹ ਕਮੇਟੀ ਜਿਹੜੀ ਉਹ ਚੇਂਜ ਕਰ ਸਕਦੇ ਸੀ, ਲੇਕਿਨ ਇੰਨੀ ਪਾਵਰ 'ਚ ਹੈਗੇ ਸੀ। ਹਾਂ ਪਰਮਿੰਦਰ ਹੈਗੀ ਸੀ ਇਸ ਵਾਰ ਤਾਂ ਹੈਗੀ ਸੀ, ਪਰ ਪਿਛਲੇ 3 ਦਿਨਾਂ ਤੋਂ ਸਰਕਾਰ ਜਿਹੜੀ ਉਹ ਬਿਲਕੁਲ ਚੁੱਪ ਹੋ ਗਈ। ਸਰਕਾਰ ਨੇ ਇਹਦੇ 'ਤੇ ਕੋਈ ਹਾਂ ਪੱਖੀ ਰਵੱਈਆ ਜਿਹੜਾ ਨਹੀਂ ਸੀ, ਖਾਸ ਕਰ ਕੈਪਟਨ ਸਾਹਿਬ ਪਿੱਛੇ, ਹਾਂ ਕੈਪਟਨ ਸਾਹਿਬ ਪਿੱਛੇ ਹਟ ਗਏ, ਉਹਦਾ ਕਰਕੇ ਪਤਾ ਨਹੀਂ ਕੀ ਰੀਜ਼ਨ ਹੋਏ ਨੇ ਕਿ ਕੈਪਟਨ ਸਾਹਿਬ ਬਿਲਕੁਲ ਹੀ ਚੁੱਪ ਹੋ ਗਿਆ ਕਿ ਇਹ 'ਚ ਕੋਈ ਇੰਟਰਫੇਅਰ ਨਹੀਂ ਕਰਨਾ, ਜਿਸਦਾ ਕਰਕੇ ਇਸ ਕਰਕੇ ਜਿਹੜਾ ਉਹ ਧੜਾ ਸੀ ਉਸ ਧੜੇ ਨੇ ਆਪਣਾ ਕੋਈ ਪ੍ਰਧਾਨ ਦਾ ਜਾਂ ਸੈਕਟਰੀ ਦਾ ਜਾਂ ਸੀਨੀਅਰ ਮੀਤ ਪ੍ਰਧਾਨ ਜਾਂ ਜੂਨੀਅਰ ਮੀਤ ਪ੍ਰਧਾਨ, ਇੱਥੋਂ ਤੱਕ ਉਹਨਾਂ ਨੇ ਕੋਈ ਐਡਜੈਕਟਿਵ ਦੇ ਮੈਂਬਰ ਦੇ ਲਈ ਵੀ ਆਪਣਾ ਨਾਮ ਨਹੀਂ ਦਿੱਤਾ, ਠੀਕ ਹੈ। ਉਹ ਤਾਂ ਸਿਰਫ ਇੱਕੋ ਹੀ ਸੀਗੇ ਜਿਹੜੇ 2 ਬੁਲਾਰੇ ਉੱਥੇ ਬੋਲੇ ਪ੍ਰਧਾਨ ਦੀ ਚੋਣ ਤੋਂ ਪਹਿਲਾਂ, ਉਹ ਬੋਲ ਕੇ ਉਹ ਚੁੱਪ ਕਰਕੇ ਵਾਕਆਊਟ ਕਰਕੇ ਆ ਗਏ, ਉੱਥੇ ਕਿਸੇ ਨੇ ਕੋਈ ਗੱਲ ਹੀ ਨਹੀਂ ਕੀਤੀ। ਅਨਅਪੋਜ ਜਿਹੜੀ ਉਹ ਪੂਰੀ ਦੀ ਪੂਰੀ ਕਮੇਟੀ ਜਿਹੜੀ ਆ ਉਹ ਚੁਣੀ ਗਈ ਆ, ਅਤੇ ਇਹ ਪਹਿਲੀ ਵਾਰ ਆ ਕਿ ਸਰਕਾਰ ਜਿਹੜੀ ਸੀ ਜਿਹਦੇ ਤੋਂ ਕਿ ਬਾਗੀ ਜਿਹੜਾ ਧੜਾ ਸੀ ਉਹਨੂੰ ਬਹੁਤ ਵੱਡੀ ਆਸ ਸੀ ਕਿ ਉਹ ਸਾਡੀ ਸਪੋਰਟ 'ਤੇ ਖੜੀ ਹੋਏਗੀ, ਉੱਥੇ ਉਹਨਾਂ ਨੇ ਸਪੋਰਟ 'ਤੇ ਕੀ ਖੜਾ ਕਰਨਾ, ਈਵਨ ਕਿ ਜਿਹੜੇ ਕਾਂਗਰਸ ਦੇ 13 ਮੈਂਬਰ ਸੀ ਉਹ
ਜਿਹੜਾ ਪ੍ਰਧਾਨ ਇਸ ਵਕਤ ਅਕਾਲੀ ਦਲ ਦਾ ਪ੍ਰਧਾਨ ਨੇ ਜਿਹੜੇ ਗਰੁੱਪ ਨੇ ਐਸ ਜੀ ਪੀ ਸੀ ਦਾ ਪ੍ਰਧਾਨ ਚੁਣਿਆ ਉਹਨਾਂ ਦੀ ਫੇਵਰ 'ਚ ਭੁਗਤੇ ਨੇ ਉਹ 13 ਦੇ 13 ਮੈਂਬਰ ਜਿਹੜੇ। ਅੱਛਾ ਜੀ, ਹਾਂਜੀ, ਜਿਹੜੇ ਕੈਪਟਨ ਖੇਮੇ ਦੇ ਸੀ ਬਾਅਦ ਦੇ ਵਿੱਚ ਉਹ ਬਾਦਲ ਖੇਮੇ 'ਚ ਹੀ ਭੁਗਤ ਗਏ। ਹਾਂਜੀ ਜੀ, ਸਿੱਧੂ ਸਾਹਿਬ ਕੀ ਵੇਖਦੇ ਹੋ ਕਿ ਇਹ ਜਿਹੜਾ ਸਾਰਾ ਪ੍ਰੋਸੈਸ ਹੈ, ਇਹ ਜਿਹੜੇ ਚੋਣ ਪ੍ਰੋਸੈਸ ਦੇ ਦੌਰਾਨ ਜਿਸ ਤਰ੍ਹਾਂ ਇਸ ਵਾਰੀ ਬੇਅਦਬੀ ਦਾ ਮਾਮਲਾ ਵੀ ਸੀਗਾ ਜੀ, ਸ਼੍ਰੋਮਣੀ ਅਕਾਲੀ ਦਲ ਦੀ ਬੈਕਬੋਨ ਐਸ ਜੀ ਪੀ ਸੀ, ਜਿਸ ਤਰ੍ਹਾਂ ਚਰਚਾਵਾਂ ਸੀਗੀਆਂ ਕਿ ਮੇਰੇ ਖਿਆਲ 70-75 ਦੀ ਯੂਨਿਟੀ ਬਣਦੀ ਸੀਗੀ, ਬਾਦਲ ਦੇ ਅਗੇਂਸਟ ਸੀ ਜਿਹੜੇ ਜੀ, ਬਾਅਦ ਦੇ ਵਿੱਚ ਮਤਲਬ ਸੁਖਦੇਵ ਸਿੰਘ ਭੌਰ ਦੇ ਹੱਕ 'ਚ ਵੀ ਕਈ ਨਹੀਂ ਹੋਏ, ਇਹਨਾਂ ਦਾ ਮੇਰੇ ਖਿਆਲ ਭੌਰ ਨੂੰ ਹੀ ਬਣਾ ਰਹੇ ਸੀ ਇਹਨਾਂ ਦੀ ਤਰਫੋਂ ਸ਼ਾਇਦ। ਕੀ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਇਹ ਜਿਹੜਾ ਮਾਮਲਾ ਸੀਗਾ, ਇਹ ਜਿਹੜੀ ਸੰਸਥਾ ਸੀ, ਇਹ ਕਦੇ ਖੁੱਸਣ ਦੀ ਤਾਕਤ ਹੋ ਸਕਦੀ ਕਿਸੇ ਕੋਲ ਜਿਸ ਤਰ੍ਹਾਂ ਦੇ ਹਾਲਾਤ ਨੇ? ਇਹ ਜਿਸ ਤਰ੍ਹਾਂ ਬੀ ਜੇ ਪੀ ਕਦੇ ਆਰ ਐੱਸ ਐੱਸ ਮੁਕਤ ਨਹੀਂ ਹੋ ਸਕਦੀ, ਇਸੇ ਤਰ੍ਹਾਂ ਜਿਹੜਾ ਹੈਗਾ ਐੱਸ ਜੀ ਪੀ ਸੀ ਹੈ ਕਦੇ ਅਕਾਲੀ ਦਲ ਮੁਕਤ ਨਹੀਂ ਹੋ ਸਕਦੀ। ਅੱਛਾ ਜੀ, ਕਿਉਂਕਿ ਆਰ ਐੱਸ ਐੱਸ ਕੋਲ ਇਹੋ ਜਿਹੇ ਹੱਥਕੰਡੇ ਨੇ, ਉਹ ਹਿੰਦੂ ਰਾਸ਼ਟਰ ਕਦੇ ਗਊ ਭਗਤ ਕਦੇ ਕੋਈ ਹੋਰ ਇਸ ਤਰ੍ਹਾਂ ਦੇ ਮਸਲੇ ਕੱਢ ਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾ ਕੇ ਉਹ ਇੱਕ ਹਿੰਦੂ ਰਾਸ਼ਟਰ ਦਾ ਦੇ ਕੇ ਖਿਤਾਬ ਦੇ ਕੇ ਉਹ ਹਮੇਸ਼ਾ ਆਪਦੀਆਂ ਜਿਹੜੀਆਂ ਜੜ੍ਹਾਂ ਹੈਗੀਆਂ ਧਾਰਮਿਕ ਬੇਸ, ਯੈਸ ਯੈਸ, ਇਸੇ ਤਰ੍ਹਾਂ ਅਕਾਲੀ ਦਲ ਦੇ ਵਿੱਚ ਹੈ। ਜੇ ਦੇਖੋ ਦੋ ਗੱਲਾਂ ਨੇ, ਅਸੀਂ ਕਹਿੰਦੇ ਹਾਂ ਵੀ ਸਰਕਾਰ ਦਾ ਦਖਲ ਨਹੀਂ ਹੋਣਾ ਚਾਹੀਦਾ, ਜਮਾਂ ਹੀ ਨਹੀਂ ਹੋਣਾ ਚਾਹੀਦਾ। ਜੇ ਅਸੀਂ ਕਹਿੰਦੇ ਹਾਂ ਵੀ ਕਾਂਗਰਸ ਦਾ ਦਖਲ ਨਹੀਂ ਹੋਣਾ ਚਾਹੀਦਾ ਤਾਂ ਫਿਰ ਅਕਾਲੀ ਦਲ ਦਾ ਵੀ ਦਖਲ ਨਹੀਂ ਹੋਣਾ ਚਾਹੀਦਾ। ਦਲ ਉਹ ਵੀ ਪੋਲੀਟੀਕਲ ਪਾਰਟੀ ਆ, ਉਹ ਵੀ ਪੋਲੀਟੀਕਲ ਪਾਰਟੀ, ਹਾਂ ਬਿਲਕੁਲ, ਕਾਂਗਰਸ ਦਾ ਬਿਲਕੁਲ ਨਹੀਂ ਹੋਣਾ ਚਾਹੀਦਾ। ਅਕਾਲੀ ਦਲ ਦੇ ਸੰਵਿਧਾਨ ਦੋ ਨੇ, ਹਾਂਜੀ, ਕੀ ਧਾਰਮਿਕ ਹੋਰ ਸਿਆਸੀ ਹੋਰ, ਯੈਸ, ਕੀ ਕਾਂਗਰਸੀ ਸਾਰੇ ਦੇ ਸਾਰੇ ਈਸਾਈ ਨੇ, ਕੀ ਕਾਂਗਰਸੀ ਸਾਰੇ ਦੇ ਸਾਰੇ ਬੀਜੇਪੀ ਨੇ ਵਾਲੇ ਨੇ, ਜਿਨ੍ਹਾਂ ਤੋਂ ਵੇਲੇ ਕਵੇਲੇ ਜਾ ਕੇ ਇਹ ਤਿਲਕ ਲਵਾ ਕੇ ਆਉਂਦੇ ਆ, ਕਾਂਗਰਸ ਵਾਲੇ ਤਿਲਕ ਲਵਾਉਂਦੇ ਆ ਜਾ ਕੇ ਹਿੰਦੂਆਂ ਦੇ ਮੰਦਰਾਂ ਦੇ ਵਿੱਚ ਜਾਂਦੇ ਆ, ਹੋਰ ਜਾਂਦੇ ਆ, ਡੇਰਿਆਂ 'ਚ ਵੀ ਜਾਂਦੇ ਆ, ਉਸੇ ਤਰ੍ਹਾਂ ਅਕਾਲੀ ਦਲ ਵਾਲੇ ਵੀ ਜਾਂਦੇ ਆ, ਇਹ ਵੀ ਸਿੱਖੀ ਦੀਆਂ ਅਰਦਾਸਾਂ ਵੀ ਬਦਲ ਦਿੰਦੇ ਆ ਜਾ ਕੇ ਜਦੋਂ ਆਪਦੀਆਂ ਇਲੈਕਸ਼ਨਾਂ ਹੁੰਦੀਆਂ। ਸਿੱਧੂ ਸਾਹਿਬ ਫਰਕ ਇਹ ਹੈ ਨਾ, ਦੇਖੋ ਹੁਣ ਸੁਰਿੰਦਰ ਸਿੰਘ ਜੀ ਤਾਂ ਸਾਬਤ ਸੁਰ ਸਿੰਘ ਨੇ, ਪ੍ਰੋਬਲਮ ਆਪਣੀ ਹੈ, ਕਈਆਂ ਨੇ ਤਾਂ ਇਹ ਵੀ ਸੋਚਦੇ ਨੇ ਕਿ ਦਾੜੀ ਕੱਟੀ ਵਾਲੇ ਜਰਨਲਿਸਟ ਨੂੰ ਜਾਂ ਦਾੜੀ ਕੱਟੀ ਵਾਲੇ ਐਕਸਪੈਕਟ ਜਿਹੜਾ ਐਕਸਪਰਟ ਹੈ ਉਹਨੂੰ ਗੱਲ ਕਰਨ ਦਾ ਹੀ ਹੱਕ ਨਹੀਂ। ਮੈਂ ਇਹ ਚੀਜ਼ਾਂ ਕਈ ਵਾਰੀ ਵੇਖੀਆਂ, ਖਾਸ ਕਰਕੇ ਸਾਡੇ ਲਈ ਤਾਂ ਚਲੋ ਸਬਜੈਕਟ ਹੈ, ਐਕਸਪਰਟ ਲਈ ਵੀ ਇਹ ਸਬਜੈਕਟ ਹੈ, ਜਿਸ ਤਰ੍ਹਾਂ ਡਾਕਟਰ ਦੇ ਲਈ ਇੱਕ ਪੇਸ਼ੈਂਟ ਹੈ ਜਿਹੜਾ ਉਹਦਾ ਸਬਜੈਕਟ ਹੈ, ਉਹ ਡਾਕਟਰ ਦੀ ਕੋਈ ਜਾਤ ਨਹੀਂ ਹੁੰਦੀ। ਪਰ ਕਈ ਸੱਜਣਤਾ ਧਾਰਮਿਕ ਮਾਮਲਿਆਂ 'ਚ ਜੇ ਅਕਾਲੀ ਦਲ ਦੀ ਜੇ ਐੱਸ ਜੀ ਪੀ ਸੀ ਦੀ ਗੱਲ ਕਰੋ, ਕਈ ਕਹਿਣਗੇ ਤੁਹਾਡੀ ਤਾਂ ਖੁਦ ਦਾੜੀ ਕੱਟੀ ਹੈ ਸਿੱਖ ਹੋ ਕੇ, ਅਸੀਂ ਤੁਹਾਨੂੰ ਤਾਂ ਇਹ ਗੱਲ ਕਰਨ ਦਾ ਹੀ ਹੱਕ ਨਹੀਂ। ਗੱਲ ਇਹ ਹੈ ਜੀ, ਅਸੀਂ ਤਾਂ ਇਹਨਾਂ ਨਾਲੋਂ ਵੱਡੇ ਸਿੱਖ ਹਾਂ, ਅਸੀਂ ਸਿਸਟਮ ਨੂੰ ਐਕਸਪਲਾਇਟ ਨਹੀਂ ਕਰਦੇ ਜੀ, ਇਹ ਧਰਮ ਦੇ ਚੋਗਾ ਪਾ ਕੇ ਉਹਨੂੰ ਐਕਸਪਲਾਇਟ ਕਰਦੇ ਆ ਔਰ ਬੁਰੇ ਦੀ ਹੱਦ ਤੱਕ ਐਕਸਪਲਾਇਟ ਕਰਦੇ ਆ ਜੀ, ਦੈਟ ਇਜ਼ ਰੋਂਗ। ਇਹ ਲੋਕਾਂ ਨੂੰ ਜਾਗਰੂਕਤਾ ਹੋਣੀ ਚਾਹੀਦੀ ਹੈ। ਹੁਣ ਜੇ ਅਸੀਂ ਕਹਿੰਦੇ ਹਾਂ ਵੀ ਇਹ, ਫਿਰ ਤਾਂ ਇਹ ਇਸ ਗੱਲ ਨੂੰ ਵੀ ਕਹਿਣਗੇ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਆਹ ਹੈਗੀ ਹੈ ਬਾਣੀ ਹੈਗੀ ਹੈ ਭਗਤਾਂ ਦੀ, ਇਹ ਵੀ ਕੱਢ ਦੇਣੀ ਚਾਹੀਦੀ ਹੈ, ਇਹਨਾਂ ਦੇ ਕਿਹੜੇ ਅੰਮ੍ਰਿਤ ਛਕੇ ਵੇ ਸੀਗੇ ਜੀ। ਖੈਰ, ਸੁਰਿੰਦਰ ਸਿੰਘ ਜੀ, ਜੋ ਸਿੱਧੂ ਸਾਹਿਬ ਨੇ ਗੱਲ ਆਖੀ ਹੈ ਕਿ ਅਕਾਲੀ ਦਲ ਦੇ ਬਰਾਬਰ ਦੀ ਕੋਈ ਸਿੱਖ ਜਾਂ ਪੰਥਕ ਪਾਰਟੀ ਅਜੇ ਤੱਕ ਨਹੀਂ ਹੈ ਅਕਾਲੀ ਦਲ ਬਾਦਲ ਦੇ ਦੂਸਰੇ, ਐਕਸਪਲਾਇਟ ਨਹੀਂ ਕਰਨਾ ਆਉਂਦਾ ਇਹਨਾਂ ਜਿੰਨਾ ਐਕਸਪਲਾਇਟ ਨਹੀਂ ਕਰਨਾ। ਗੱਲ ਤੁਹਾਡੀ ਠੀਕ ਹੈ, ਹਾਂਜੀ, ਜਿਸ ਤਰ੍ਹਾਂ ਇਹਨਾਂ ਨੇ ਆਖਿਆ ਕਿ ਜਿਸ ਤਰ੍ਹਾਂ ਬੀ ਜੇ ਪੀ ਦਾ ਜਿਹੜਾ ਪੈਟਰਨ ਹੈ ਉਹਦੀ ਜਿਹੜੀ ਮਦਰ ਹੈ ਉਹ ਆਰ ਐੱਸ ਐੱਸ ਹੈ, ਜਿਹੜਾ ਰੋਲ ਹਿੰਦੂ ਧਾਰਮਿਕ ਬੋਡੀ ਹੈ, ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਵੀ ਐੱਸ ਜੀ ਪੀ ਸੀ ਬੇਸ ਹੈ। ਕਦੇ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਆਮ ਸਿੱਖ ਹੈ ਉਹ ਕਾਂਗਰਸ ਦੀ ਇਸ ਦੇ ਵਿੱਚ ਇਨਵੋਲਵਮੈਂਟ, ਆਮ ਆਦਮੀ ਪਾਰਟੀ ਨੇ ਵੀ ਕੋਸ਼ਿਸ਼ ਕਰੀ ਸੀ ਕਿ ਉਹ ਵੀ ਇਨਵੋਲਵਮੈਂਟ ਕਰਨ ਐੱਸ ਜੀ ਪੀ ਸੀ ਦੇ ਵਿੱਚ, ਮੇਰੇ ਖਿਆਲ ਆਮ ਸਿੱਖ ਪ੍ਰਵਾਨ ਨਹੀਂ ਕਰਦਾ ਇਸ ਚੀਜ਼ ਨੂੰ, ਕੀ ਕਹਿਣਾ ਚਾਹੋਗੇ? ਨਹੀਂ ਪਰਮਿੰਦਰ, ਆਮ ਸਿੱਖ ਪ੍ਰਵਾਨ ਕਰਦਾ ਹੈ, ਉੱਥੇ ਪ੍ਰੋਬਲਮ ਸਭ ਤੋਂ ਵੱਡੀ ਕੀ ਆ ਰਹੀ ਹੈ ਕਿ ਅਕਾਲੀ ਦਲ ਬਾਦਲ ਦੇ ਅਗੇਂਸਟ ਜਿੰਨੇ ਗਰੁੱਪ ਨੇ ਉਹ ਕਦੀ ਵੀ ਇੱਕ ਪਲੇਟਫਾਰਮ 'ਤੇ ਇਕੱਠੇ ਨਹੀਂ ਹੋ ਰਹੇ ਜੀ, ਉਹ ਇੰਨੇ ਕੁ ਧੜੇ ਬਣ ਚੁੱਕੇ ਨੇ ਅਤੇ ਉਹ ਕੋਈ ਵੀ ਇੱਕ ਧੜਾ ਜਿਹੜਾ ਦੂਜੇ ਨੂੰ ਅਸੈਪਟ ਕਰਨ ਲਈ ਤਿਆਰ ਨਹੀਂ ਹੈ। ਜਿੰਨੀ ਦੇਰ ਤੱਕ ਕੋਈ ਇੱਕ ਧੜਾ ਨਹੀਂ ਹੋਏਗਾ ਉਨੀ ਦੇਰ ਤੱਕ ਤੁਸੀਂ ਬਦਲ ਜਿਹੜਾ ਉਹ ਨਹੀਂ ਲੱਭ ਸਕੋਗੇ। ਪਤਾ ਕੀ ਹੈ, ਅਸੀਂ ਕਹਿ ਦਿੰਦੇ ਹਾਂ ਕਿ ਪਬਲਿਕ ਅਸੈਪਟ ਨਹੀਂ ਕਰਦੀ, ਕਰਦੀ ਹੈ, ਸਿੱਖ ਅਸੈਪਟ ਕਰਦੇ ਨੇ। 1989 'ਚ ਕੀ ਹੋਇਆ ਸੀ, ਦੋ ਅਕਾਲੀ ਦਲ ਸੀ, ਦੋਨੋਂ ਦੇ ਦੋਨੋਂ ਰੋਲ ਕੇ ਪਬਲਿਕ ਨੇ ਰੱਖ ਦਿੱਤੇ ਸੀ, ਤੀਸਰਾ ਕਾਇਮ ਕਰਤਾ ਸੀ, ਲੇਕਿਨ ਤੀਜਾ ਆਪਦੇ ਪੈਰਾਂ 'ਤੇ ਖੜਾ ਨਹੀਂ ਹੋ ਸਕਿਆ ਅਤੇ ਸਮੇਂ ਦੇ ਵਹਾਅ 'ਚ ਵੱਗ ਗਿਆ। 2014 ਅਤੇ 17 'ਚ ਕੀ ਹੋਇਆ, ਤੀਸਰਾ ਧੜਾ ਕਾਇਮ ਕੀਤਾ ਸੀ, ਉਹ ਪਬਲਿਕ ਦਾ ਕੀਤਾ ਹੋਇਆ ਸੀਗਾ, ਠੀਕ ਹੈ, ਕੋਈ ਇੰਡੀਵਿਜੁਅਲ ਨਹੀਂ ਸੀ, ਪਬਲਿਕ ਦਾ ਕੀਤਾ ਹੋਇਆ ਸੀ, ਲੇਕਿਨ ਉਹ ਆਪਣੀਆਂ ਕਰਤੂਤਾਂ ਦੇ ਨਾਲ ਆਪਣੇ ਵਹਾਅ 'ਚ ਵੱਗ ਗਏ ਨੇ। ਔਰ ਪਰਮਿੰਦਰ, ਇਸੇ ਹੀ ਚੈਨਲ 'ਤੇ ਬੈਠ ਕੇ ਮੈਂ
ਉਸੇ ਦਿਨ ਜਿਸ ਦਿਨ ਰਿਜ਼ਲਟ ਆਏ ਮੈਂ ਕਿਹਾ ਸੀ ਕਿ ਇਹ ਇਹਨਾਂ ਦਾ ਐਂਡ ਆ ਬਸ ਹੁਣ ਇਸ ਤੋਂ ਬਾਅਦ ਇਹਨਾਂ ਦੀ ਛੁੱਟੀ ਹੈ ਤਾਂ ਤੁਹਾਡੇ ਸਾਹਮਣੇ ਹੋ ਗਿਆ ਹੁਣ ਪ੍ਰੋਬਲਮ ਕੀ ਆਉਂਦੀ ਆ ਕਿ ਜਿਹੜੇ ਧੜੇ ਬਣਦੇ ਨੇ ਉਹ ਧੜੇ ਜਿਹੜੇ ਉਹ ਅਲੱਗ ਅਲੱਗ ਆਪੋ ਆਪਣੀ ਵਿਚਾਰਧਾਰਾ ਲੈ ਕੇ ਚੱਲ ਪੈਂਦੇ ਕਿਸੇ ਇੱਕ ਵਿਚਾਰਧਾਰਾ 'ਤੇ ਇਕੱਠੇ ਨਹੀਂ ਹੁੰਦੇ ਜੇ ਇਕੱਠੇ ਹੋ ਜਾਣ ਤਾਂ ਕਿਸੇ ਵੀ ਸਿਸਟਮ ਨੂੰ ਚੇਂਜ ਕਰਨਾ ਕੋਈ ਬਹੁਤ ਵੱਡੀ ਗੱਲ ਨਹੀਂ ਗੀ ਬਿਲਕੁਲ ਸਿੱਧੂ ਸਾਹਿਬ ਇਹ ਪੰਜਾਬ ਦਾ ਇਹ ਇੱਕ ਸੱਭਿਆਚਾਰ ਬਣ ਗਿਆ ਕਿ ਜਿਸ ਤਰ੍ਹਾਂ ਕੁਛ ਪ੍ਰਵਾਨਿਤ ਨੇ ਕਿ ਸੀਐਮ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਕਿ ਸਿੱਖ ਹੋਵੇ ਸਿੱਖਾਂ 'ਚੋਂ ਜੱਟ ਹੋਵੇ ਇਹ ਇੱਕ ਅਣਅਲਾਨੀ ਟ੍ਰੈਂਡ ਹੋ ਗਏ ਨੇ ਪੰਜਾਬ ਦੀ ਇਲੈਕਸ਼ਨ ਦੇ ਪੰਜਾਬ ਦੀ ਸਿਆਸਤ ਦੇ ਇਸ ਦੌਰਾਨ ਜਿਸ ਤਰ੍ਹਾਂ ਇਹ ਹਾਲਾਤ ਬਣ ਰਹੇ ਨੇ ਬਰਗਾੜੀ ਦੇ ਵਿੱਚ ਇਨਸਾਫ਼ ਮੋਰਚਾ ਲੱਗਿਆ ਹੋਇਆ ਅਤੇ ਉੱਧਰੋਂ ਜਿਹੜੀ ਐੱਸ ਆਈ ਟੀ ਬਣਾਈ ਹੈ ਜੀ ਨਵੀਂ ਐੱਸ ਆਈ ਟੀ ਜੋ ਜਾਂਚ ਕਰ ਰਹੀ ਹੈ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਅਤੇ ਖਾਸ ਕਰਕੇ ਅਕਸ਼ੇ ਕੁਮਾਰ ਹੋਰਾਂ ਨੂੰ ਜਿਹੜਾ ਫਾਲਨ ਕਰ ਲਿਆ ਕੀ ਲੱਗਦਾ ਕਿ ਇਹ ਸਾਰਾ ਮਾਮਲਾ ਕੈਪਟਨ ਸਾਹਿਬ 19 ਤੋਂ ਬਾਅਦ ਤੱਕ ਲਿਜਾਣ ਦੇ ਚੱਕਰਾਂ 'ਚ ਨੇ ਜੇ 19 'ਚ ਸਰਕਾਰ ਬਦਲਦੀ ਹੈ ਤਾਂ ਸ਼ਾਇਦ ਲੱਗਦਾ ਕੋਈ ਜਿਹੜੇ ਕਥਿਤ ਦੋਸ਼ੀ ਨੇ ਉਹਨਾਂ 'ਤੇ ਸਜ਼ਾ ਹੋਵੇ ਜਾਂ ਅਕਾਲੀ ਦਲ ਨੂੰ ਕੋਈ ਡੈਂਟ ਪਾਇਆ ਜਾਵੇ ਮੇਰੇ ਖਿਆਲ ਡਿਲੇ ਦਾ ਡਿਲੇ ਹੋ ਰਿਹਾ ਡਿਲੇ ਡੈਫੀਨੇਟਲੀ ਹੋਊਗਾ ਜੀ ਉਹਨਾਂ 'ਚ ਇਹ ਪ੍ਰਚਾਰ ਦਾ ਫਾਇਦਾ ਲੈਣਾ ਚਾਹੁੰਗੇ ਇਹਨਾਂ ਤੋਂ ਇੱਕ ਗੱਲ ਤੁਸੀਂ ਹੋਰ ਦੇਖੋ ਇਹ ਬੜੀ ਵਿਚਿੱਤਰ ਗੱਲ ਹੈ ਰਣਜੀਤ ਸਿੰਘ ਕਮਿਸ਼ਨ ਬਾਦਲਾਂ ਦੇ ਪਸੰਦ ਨਹੀਂ ਸੀ ਰਣਜੀਤ ਸਿੰਘ ਨੇ ਕਮਿਸ਼ਨ ਦੀ ਰਿਪੋਰਟ ਦੇ ਉੱਤੇ ਐੱਸ ਆਈ ਟੀ ਬਣਾਤੀ ਜਿਹੜਾ ਉਹਨਾਂ ਨੇ ਨਵਾਂ ਐੱਸ ਆਈ ਟੀ ਬੱਚਾ ਜੰਮਿਆ ਉਸ ਰਿਪੋਰਟ ਤੋਂ ਬਾਅਦ ਉਹ ਇਹਨਾਂ ਨੂੰ ਪ੍ਰਵਾਨ ਆ ਉਹਦੇ ਸਾਹਮਣੇ ਪੇਸ਼ ਹੋਣਗੇ ਇਹ ਹੈ ਨਾ ਅਜੀਬ ਜਿਹੀ ਗੱਲ ਵੀ ਉਹਨਾਂ ਦੇ ਸੋਫਟ ਹਾਂ ਉਹ ਕਮਿਸ਼ਨ ਤਾਂ ਜਿਹੜਾ ਜੁਡੀਸ਼ੀਅਲ ਦਾ ਬੰਦਾ ਸੀ ਉਹ ਤਾਂ ਇਹਨਾਂ ਦੇ ਪ੍ਰਵਾਨ ਨਹੀਂ ਸੀ ਪੁਲਿਸ ਵਾਲਿਆਂ ਦੇ ਅੱਗੇ ਪੁਲਿਸ ਵਾਲਿਆਂ ਦੇ ਅੱਗੇ ਪੇਸ਼ ਹੋਣਗੇ ਵਿਧਾਨ ਸਭਾ ਦੇ ਵਿੱਚ ਇਹਨਾਂ ਨੇ ਬੋਲਣਾ ਸੀ ਬੇਸ ਖੁੱਸ ਗਿਆ ਇਹਨਾਂ ਕੋਲੇ ਜਾਂ ਤਾਂ ਇਹਨਾਂ ਕੋਲੇ ਬੋਲਣ ਨੂੰ ਕੋਈ ਗੱਲ ਨਹੀਂ ਸੀ ਜਾਂ ਇਹਨਾਂ ਨੂੰ ਆਇਆ ਸੀ ਅਸੀਂ ਬਾਹਰੋਂ ਫਲੋਰ ਚੰਗੀ ਤਰ੍ਹਾਂ ਫੜ ਸਕਦੇ ਹਾਂ ਗਰਾਊਂਡ ਚੰਗੀ ਤਰ੍ਹਾਂ ਫੜੀ ਰੱਖਾਂਗੇ ਅੰਦਰ ਇਹ ਕੁਛ ਕਰੀ ਜਾਣ ਉਹ ਜਿਹੜਾ ਅੰਦਰਲੀ ਫਲੋਰ ਸੀਗੀ ਉਹ ਤੇ ਕਾਮਯਾਬ ਰਹੇ ਗਏ ਕਾਂਗਰਸ ਵਾਲੇ ਲੋਕਾਂ ਦੇ ਵਿੱਚ ਵੀ ਪਤਾ ਲੱਗ ਗਿਆ ਵੀ ਹਾਂ ਠੀਕ ਹੈ ਵੀ ਇਹਨਾਂ ਵਾਸਤੇ ਧਰਮ ਧੁਰਮ ਕਿਸੇ ਵਾਸਤੇ ਕੁਛ ਨਹੀਂ ਹੈ ਚਾਹੇ ਕੋਈ ਕਾਂਗਰਸ ਵਾਲਾ ਚਾਹੇ ਕੋਈ ਅਕਾਲੀ ਹੈ ਇਹਨਾਂ ਵਾਸਤੇ ਧਰਮ ਨਾਂ ਦੀ ਕੋਈ ਚੀਜ਼ ਨਹੀਂ ਜੀ ਸੁਰਿੰਦਰ ਸਿੰਘ ਜੀ ਥੋੜ੍ਹਾ ਜਿਹਾ ਮੈਂ ਐੱਸ ਜੀ ਪੀ ਸੀ ਦੀ ਇਹਨਾਂ ਚੋਣ ਪ੍ਰੋਸੈਸ 'ਤੇ ਤੁਹਾਡਾ ਧਿਆਨ ਲਵਾਂਗਾ ਕੀ ਲੱਗਦਾ ਹੈ ਕਿ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਦੂਸਰੀ ਵਾਰ ਪ੍ਰਧਾਨ ਬਣਨ ਤੋਂ ਬਾਅਦ ਜਿਸ ਤਰ੍ਹਾਂ ਮੁਖਾਲਫਤ ਮਾਝੇ 'ਚੋਂ ਚੱਲ ਰਹੀ ਹੈ ਇੱਧਰ ਮੋਗੇ ਸਾਈਡ ਤੋਂ ਵੀ ਜਥੇਦਾਰ ਤੋਤਾ ਸਿੰਘ ਵੀ ਇੱਛਤ ਸੀਗੇ ਐੱਸ ਜੀ ਪੀ ਸੀ ਪ੍ਰਧਾਨ ਬਣਨ ਦੇ ਕੀ ਕੋਈ ਹੋਰ ਅਜਿਹਾ ਡੈਂਟ ਵੀ ਪੈ ਸਕਦਾ ਪਾਰਟੀ ਨੂੰ ਪਰਮਿੰਦਰ ਡੈਂਟ ਤਾਂ ਪਏਗਾ ਮੈਂ ਪਹਿਲਾਂ ਵੀ ਗੱਲ ਕਰਕੇ ਹਟਿਆ ਕਿ ਡੈਂਟ ਜਿਹੜਾ ਹੈ ਉਹ ਹਾਲਾਤ ਦੇ ਮੁਤਾਬਕ ਪਏਗਾ ਹਾਲਾਤ ਕਿਹੋ ਜਿਹੇ ਬਣਦੇ ਨੇ ਹਰ ਬੰਦੇ ਨੇ ਉੱਥੇ ਆਪਣੇ ਪਰ ਤੋਲਣੇ ਨੇ ਕਿ ਉਹਦੀ ਇਸ ਘਰ 'ਚ ਕਿੰਨੀ ਕੁ ਬੁਕਤ ਆ ਜੇ ਉਹਦੀ ਕੋਈ ਬੁਕਤ ਪੈਂਦੀ ਹੈ ਤਾਂ ਉਹ ਬੈਠੇਗਾ ਜੇ ਉਹਨੂੰ ਦੇਖਿਆ ਕਿ ਇੱਥੇ ਮੇਰੇ ਦਰਵਾਜ਼ੇ ਬੰਦ ਆ ਤਾਂ ਆਟੋਮੈਟਿਕਲੀ ਉੱਥੋਂ ਛੱਡ ਕੇ ਬਾਹਰ ਨਿਕਲੇਗਾ ਜਿਹੜੇ ਪਹਿਲੇ ਛੱਡ ਕੇ ਗਏ ਨੇ ਜੇ ਕਹਿ ਦਿਓ ਕਿ ਉਹਨਾਂ ਨੂੰ ਕੋਈ ਬੇਅਦਬੀ ਦਾ ਦੁੱਖ ਸੀ ਕਿ ਬਹੁਤ ਕੁਛ ਸਿੱਖ ਕੌਮ ਨਾਲ ਮਾੜਾ ਹੋ ਗਿਆ ਉਹ ਬੇਅਦਬੀ ਦਾ ਤੁਹਾਡੀ ਗੱਲ ਵਿਚਾਲੇ ਆ ਰਮਨਜੀਤ ਸਿੱਕੀ ਹੋਰਾਂ ਨੇ ਉੱਥੋਂ ਅਸਤੀਫਾ ਦਿੱਤਾ ਖਡੂਰ ਸਾਹਿਬ ਤੋਂ ਬੇਅਦਬੀ ਦੇ ਰੋਸ ਵਜੋਂ ਤੇ ਬ੍ਰਹਮਪੁਰਾ ਸਾਹਿਬ ਨੇ ਆਪਣਾ ਬੇਟਾ ਉੱਥੋਂ ਲੜਾਇਆ ਤੇ ਜਿਤਾਇਆ ਤੇ ਜਿੱਤੜ ਦੇ ਭੰਗੜੇ ਪਾਏ ਉਹ ਵੀ ਤਾਂ ਬੇਅਦਬੀ ਵਾਲੀ ਸੀਟ ਖਾਲੀ ਹੋਈ ਸੀ ਬਿਲਕੁਲ ਉੱਥੇ ਬੇਅਦਬੀ ਦਾ ਮੁੱਦਾ ਕਿੱਥੇ ਰਹਿ ਗਿਆ ਮੈਂ ਉਸੇ ਤੇ ਆ ਰਿਹਾ ਦੇਖੋ ਪਤਾ ਕਿ ਜੇ ਸਿੱਕੀ ਨੇ ਅਸਤੀਫਾ ਦਿੱਤਾ ਸੀ ਤੇ ਸਾਲ ਬਾਅਦ ਸਿੱਕੀ ਨੇ ਫਿਰ ਇਲੈਕਸ਼ਨ ਲੜਨੀ ਸੀ ਸਿੱਕੀ ਨੇ ਤਾਂ ਲੜ ਲਿਆ ਬ੍ਰਹਮਪੁਰਾ ਸਾਹਿਬ ਨੇ ਵੀ ਮੁੰਡਾ ਗੱਲ ਤੇ ਆ ਵੀ ਸਿਆਸਤ ਸਿੱਕੀ ਨੇ ਵੀ ਕੀਤੀ ਸੀ ਸਿਆਸਤ ਉਹਨਾਂ ਨੇ ਵੀ ਕੀਤੀ ਸੀ ਜੀ ਸਿਆਸਤ ਤੋਂ ਕੋਈ ਵੀ ਬਚਿਆ ਨਹੀਂ ਹੈ ਹਾਲਾਤ ਕੀ ਸੀ ਉੱਥੇ ਉਹਨਾਂ ਦਾ ਜਿਹੜੇ ਮਾਝੇ ਦੇ ਵਿੱਚ ਉਹ ਤਿੰਨ ਬੰਦੇ ਗਏ ਨੇ ਉਹਨਾਂ ਦਾ ਅਗਲਾ ਰਸਤਾ ਜਿਹੜਾ ਉਹ ਤਕਰੀਬਨ ਬੰਦ ਹੋਇਆ ਹੋਇਆ ਸੀ ਪਰਮਿੰਦਰ ਤੁਹਾਨੂੰ ਨਹੀਂ ਪਤਾ 2011 'ਚ ਇੱਕ SGPC ਮੈਂਬਰ ਸੀਗਾ ਉਹਦੀ ਬ੍ਰਹਮਪੁਰਾ ਸਾਹਿਬ ਨੇ ਧੱਕੇ ਨਾਲ ਟਿਕਟ ਬਾਦਲ ਸਾਹਿਬ ਤੋਂ ਲੈ ਲਈ ਸੀ ਲੇਕਿਨ ਵਿਕਰਮ ਮਜੀਠੀਏ ਨੇ ਉਹਦੇ ਅਗੇਂਸਟ ਇੰਡੀਪੈਂਡੈਂਟ ਬੰਦਾ ਖੜਾ ਕਰਕੇ ਬ੍ਰਹਮਪੁਰੇ ਦਾ ਬੰਦਾ ਉੱਥੇ ਹਰਾਇਆ ਵਾ ਕਿਉਂਕਿ ਉਹਦਾ ਕੁਛ ਏਰੀਆ ਜਿਹੜਾ ਉਹ ਵਿਕਰਮ ਮਜੀਠੀਏ ਦੇ ਏਰੀਏ 'ਚ ਪੈਂਦਾ ਸੀ ਉਹਨੇ ਉੱਥੋਂ ਉਹਨੂੰ ਬਿਲਕੁਲ ਹਰਾ ਤਾ ਸ਼ਰੇਆਮ ਉਹਦੀ ਮੁਖਾਲਫਤ ਕੀਤੀ ਹੈ ਇਸ ਕਰਕੇ ਹਾਲਾਤ ਐਸੇ ਸੀ ਉਹਨਾਂ ਨੂੰ ਆਪਦਾ ਅੱਗਾ ਦੇਖਦਾ ਸੀ ਇਸ ਕਰਕੇ ਜਾਣਾ ਸੁਭਾਵਿਕ ਸੀ ਢੀਂਡਸਾ ਸਾਹਿਬ ਗਏ ਨੇ ਢੀਂਡਸਾ ਸਾਹਿਬ ਨੂੰ ਇਹ ਪਤਾ ਸੀ ਵੀ ਬਰਨਾਲਾ ਜ਼ਿਲ੍ਹਾ ਇਹਨਾਂ ਨੇ ਮੇਰੇ ਤੋਂ ਸਾਰਾ ਖੋਹ ਲਿਆ ਸੰਗਰੂਰ ਵੀ ਮੇਰੇ ਤੋਂ ਖੋਹਦੇ ਜਾ ਰਹੇ ਆ ਅਤੇ ਮੈਨੂੰ ਇਕੱਲਾ ਇੱਕ ਮੇਰੇ ਹਲਕੇ ਤੱਕ ਸੀਮਿਤ ਕਰ ਦੇਣ ਲੱਗੇ ਆ ਅਤੇ ਢੀਂਡਸਾ ਸਾਹਿਬ ਨੂੰ ਅਗਲੀ ਜਿਹੜੀ ਨਾ ਪਾਰਲੀਮੈਂਟ ਦੀ ਟਿਕਟ ਉਹਨੂੰ ਨਾ ਉਹਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਦੇ ਨਹੀਂ ਸੀ ਰਹੇ ਤਾਂ ਉਹਦਾ ਜਾਣਾ ਸੁਭਾਵਿਕ ਸੀਗਾ ਇਸ ਕਰਕੇ ਪਰਮਿੰਦਰ ਸਾਰੇ ਹੀ ਆਪੋ ਆਪਣੇ ਲਾਲਚ ਨੂੰ ਗਏ ਆ ਠੀਕ ਹੈ ਨਾ ਹੁਣ ਜੇ ਕਹਿ ਦਈਏ ਕਿ ਅੱਜ ਵੀ ਬਾਦਲ ਪਰਿਵਾਰ ਸੀਗਾ ਜੀ ਵੀ ਬਾਦਲ ਪਰਿਵਾਰ ਪਰਿਵਾਰਵਾਦ ਤੋਂ ਬਚਿਆ ਕੁਛ ਵੀ ਨਹੀਂ ਸਭ ਤੋਂ ਵੱਧ ਤਾਂ ਬਾਦਲ ਪਰਿਵਾਰ ਪਰਿਵਾਰਵਾਦ 'ਚ ਫਸਿਆ ਠੀਕ ਹੈ ਉਹਦੇ ਬਾਅਦ ਇੱਕ ਦੇ ਬਾਅਦ ਇੱਕ ਸਾਰੇ ਫਸਦੇ ਤੁਰੇ ਗਏ ਹੁਣ ਜਿਸ ਨੂੰ ਵੀ ਉੱਥੇ ਆਪਣਾ ਕੁਛ
ਥੋੜ੍ਹਾ ਜਿਹਾ ਸਮਾਂ ਜਿਹੜਾ ਸਿਕਿਓਰ ਲੱਗੇਗਾ ਉੱਥੇ ਬੈਠੇਗਾ, ਜਿਹਨੂੰ ਲੱਗੇਗਾ ਮੇਰੇ ਦਰਵਾਜ਼ੇ ਬੰਦ ਨੇ ਉਹ ਉੱਥੋਂ ਛੱਡ ਕੇ ਭੱਜੇਗਾ ਭੱਜੇਗਾ ਜੀ। ਇੱਕ ਗੱਲ ਹੋਰ ਹੈ, ਜਿਸ ਤਰ੍ਹਾਂ ਕੋਈ ਪੰਚ ਵੀ ਅਗਰ ਰੁੱਸ ਜਾਂਦਾ ਸੀ ਸੁਰਿੰਦਰ ਸਿੰਘ ਜੀ ਤਾਂ ਬਾਦਲ ਸਾਹਿਬ ਉਹਨੂੰ ਵੀ ਮਨਾਉਣ ਚਲੇ ਜਾਂਦੇ ਸੀ, ਹੁਣ ਕਿਉਂ ਉਹ ਕਿਉਂ ਨਹੀਂ ਬੋਦਰ ਕਰ ਰਹੇ? ਹਾਲਾਂਕਿ ਕੋਰ ਕਮੇਟੀ ਦੀ ਮੀਟਿੰਗ 'ਚ ਬਾਦਲ ਸਾਹਿਬ ਨਹੀਂ ਸੀ ਜਦੋਂ ਇਹਨਾਂ ਨੂੰ ਬਰਖਾਸਤ ਕਰਨ ਦਾ ਫੈਸਲਾ ਕੀਤਾ ਗਿਆ ਟਕਸਾਲੀਆਂ ਨੂੰ, ਅਜਨਾਲਾ ਹੋਰਾਂ ਨੂੰ, ਬਾਦਲ ਸਾਹਿਬ ਨੇ ਅਜੇ ਸੋਫਟ ਕੋਰਨ ਰੱਖਿਆ ਵੀ ਜੇ ਫਿਰ ਇਹ ਪੈਚਅਪ ਕਰਕੇ ਫਿਰ ਘਰ ਵਾਪਸੀ ਹੋ ਜਾਏ। ਪਰਮਿੰਦਰ ਘਰ ਵਾਪਸੀ ਨਹੀਂ ਹੋਣੀ, ਹੁਣ ਜੋ ਕੁਛ ਹੋਣਾ ਸੀ ਜਿਨ੍ਹਾਂ ਦੇ ਹੱਥ ਬਾਗਡੋਰ ਆ ਉੱਥੇ ਵਾਪਸੀਆਂ ਨਹੀਂ ਹੋਣੀਆਂ। ਹੋਰ ਜਾਣ ਦੀ ਤਿਆਰੀ ਤਾਂ ਕਰ ਲਓ, ਜੇ ਤੁਸੀਂ ਕਹੋ ਕੋਈ ਵਾਪਸੀ ਹੋ ਜਾਏ ਵਾਪਸੀ ਨਹੀਂ ਹੋਣੀ, ਜਿੰਨਾ ਕੁ ਆਪਾਂ ਸਿਆਸਤ ਨੂੰ ਸਮਝਦੇ ਹਾਂ ਵਾਪਸੀ ਕਿਸੇ ਦੀ ਨਹੀਂ ਗੀ ਹੋਣੀ। ਜਾਣੇ ਕਿੰਨੇ ਆ ਉਹ ਦੇਖੋ, ਗੱਲ ਤਾਂ ਇਹ ਸੀ ਕਿ ਜਿਸ ਦਿਨ ਸੁਖਦੇਵ ਸਿੰਘ ਢੀਂਡ ਸਾਹਿਬ ਬ੍ਰਹਮਪੁਰਾ ਅਤੇ ਸ਼ੇਖਵਾਂ ਤਿੰਨ ਬੰਦਿਆਂ ਨੇ ਪਹਿਲੀ ਕੋਰ ਕਮੇਟੀ ਦੀ ਮੀਟਿੰਗ 'ਚ ਮੁੱਦਾ ਚੁੱਕਿਆ ਸੀ ਸੁਖਵੀਰ ਸਿੰਘ ਬਾਦਲ ਦੇ ਅਗੇਂਸਟ ਕਿ ਭਾਈ ਰਿਜ਼ਾਇਨ ਕਰਾਓ ਕਰੋ। ਜੇ ਉੱਦਣੇ ਰਿਜ਼ਾਇਨ ਕਰਾ ਜਾਂਦੇ ਤਾਂ ਨਵਾਂ ਪ੍ਰਧਾਨ ਚੋਣ ਲੈਂਦੇ ਅਤੇ ਕੰਮ ਸਰ ਜਾਂਦਾ, ਲੇਕਿਨ ਉਹ ਉੱਦਣ ਨਹੀਂ ਹੋਇਆ। ਉਹਨਾਂ ਨੇ ਇੱਕ ਇੱਕ ਕਰਕੇ ਸਾਰੇ ਕੱਢ ਦਿੱਤੇ ਅਤੇ ਨਵੀਂ ਕੋਰ ਕਮੇਟੀ ਤਿਆਰ ਕਰ ਲਈ ਅਤੇ ਇਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ। ਇਹ ਤਾਂ ਮੌਕਾ ਹੁੰਦਾ ਸਿਆਸਤ 'ਚ, ਜਿਹੜਾ ਮੌਕਾ ਸਾਂਭ ਗਿਆ ਸਾਂਭ ਗਿਆ, ਜਿਹੜਾ ਨਹੀਂ। ਜਿੱਥੋਂ ਤੱਕ ਰਹੀ ਪੰਚ ਰੁੱਸਣ ਵਾਲੀ ਗੱਲ ਪਰਮਿੰਦਰ, ਉਹ ਜਿਹੜਾ ਸਮਾਂ ਉਹ ਚਲ ਗਿਆ। ਅੱਜ ਤਾਂ ਹਰ ਪਿੰਡ ਦੇ ਵਿੱਚ ਕੀ ਹਰ ਘਰ ਦੇ ਵਿੱਚ ਸਰਪੰਚ ਬਣਿਆ ਬੈਠਾ, ਠੀਕ ਹੈ, ਹਰ ਇੱਕ ਲੀਡਰ ਬਣਾਇਆ। ਇਹਨਾਂ ਨੇ ਇੱਕ ਇੱਕ ਹਲਕੇ 'ਚ ਕਿੰਨੇ ਕਿੰਨੇ ਲੀਡਰ ਪੈਦਾ ਕਰ ਦਿੱਤੇ। ਇੱਕ ਜੇ ਲੀਡਰ ਅੱਖਾਂ ਦਿਖਾਉਂਦਾ ਉਹਦੇ ਅਗੇਂਸਟ 10 ਨੂੰ ਹੋਰ ਖੜਾ ਕਰ ਦਿੰਦੇ ਨੇ, ਉਹਨਾਂ ਨੂੰ ਉੱਥੋਂ ਤੱਕ ਉਲਝਾ ਕੇ ਰੱਖਦੇ ਆ ਕਿ ਕੋਈ ਮਸਲਾ ਲੈ ਕੇ ਪਾਰਟੀ ਦੇ ਪਲੇਟਫਾਰਮ ਤੱਕ ਆਉਣ ਹੀ ਨਾ, ਇਹਨਾਂ ਤੋਂ ਕਿਸੇ ਨਵੇਂ ਅਹੁਦੇ ਦੀ ਡਿਮਾਂਡ ਹੀ ਨਾ ਕਰਨ। ਉਹਨਾਂ ਨੂੰ ਉੱਥੋਂ ਤੱਕ ਹੀ ਉਲਝਾਇਆ ਹੋਇਆ, ਉੱਥੋਂ ਤੱਕ ਹੀ ਆਪਦਾ ਮਸਲਾ ਜਿਹੜਾ ਉਹਨਾਂ ਦਾ ਸੈੱਟ ਕੀਤਾ ਹੋਇਆ ਤਾਂ ਕਿ ਉਹ ਨਵੀਂ ਕੋਈ ਡਿਮਾਂਡ ਹੀ ਨਾ ਇਹਨਾਂ ਤੱਕ ਲੈ ਕੇ। ਇਹ ਤਾਂ ਮਤਲਬ ਇੱਕ ਨਾਲ ਇੱਕ ਜਿਹੜਾ ਸਾਰੀਆਂ ਪਾਰਟੀਆਂ ਨੇ ਪੈਟਰਨ ਅਡੋਪਟ ਕਰ ਲਿਆ। ਸਿੱਧੂ ਸਾਹਿਬ ਜੀ, ਪੰਜਾਬ ਦੇ ਪਿੰਡਾਂ 'ਚ ਸਿੱਧੂ ਸਾਹਿਬ ਤੁਸੀਂ ਭਰਮਣ ਕਰਦੇ ਹੋ, ਬਰਗਾੜੀ ਇਨਸਾਫ ਮੋਰਚਾ ਵੀ ਚੱਲ ਰਿਹਾ, ਬੇਅਦਬੀ ਦੀ ਜਾਂਚ ਰਿਪੋਰਟ ਵੀ ਸਰਗਰਮੀ ਨਾਲ ਚੱਲ ਰਹੀ ਹੈ, ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦਾ ਕੀ ਆਧਾਰ ਪਿੰਡਾਂ ਦੇ ਵਿੱਚ ਅਜੇ ਹੈਗਾ, ਕੀ ਲੋਕ ਕੀ ਸੋਚਦੇ ਨੇ ਬਾਦਲ ਅਕਾਲੀ ਦਲ ਮੁਤਲਕ? ਬਾਦਲ ਅਕਾਲੀ ਦਲ ਦੇ ਮੁਤਾਬਕ ਇਹ ਗੱਲ ਹੈ, ਜਿਹੜੇ ਬਾਦਲਾਂ ਦੇ ਸੱਜੇ ਹੱਥ ਸੀ ਪਿਛਲੇ ਦਿਨੀ ਜਦੋਂ ਮੈਂ ਬਰਗਾੜੀ ਮੋਰਚਾ ਲੱਗਿਆ ਹੋਇਆ ਸੀਗਾ ਉਦੋਂ ਮੈਂ ਗਿਆ, ਤਾਂ ਜਿਹੜੇ ਬਾਦਲਾਂ ਦੇ ਥੰਮ ਗਿਣੇ ਜਾਂਦੇ ਸੀ ਰਾਮਪੁਰਾ ਫੂਲ ਇਲਾਕੇ ਦੇ ਵਿੱਚ ਅਤੇ ਹੋਰ ਉੱਧਰ ਮੈਂ ਦੌਰਾ ਕੀਤਾ, ਉਹਨਾਂ ਨੂੰ ਪਤਾ ਲਿਆ ਯਾਰ ਫਲਾਣੇ ਬੰਦੇ ਨੂੰ ਮਿਲਣਾ ਕਿੱਥੇ ਆ, ਉਹ ਕਹਿੰਦੇ ਜੀ ਬਰਗਾੜੀ ਮੋਰਚੇ 'ਚ ਗਏ ਆ। ਮੈਂ ਕਿਹਾ ਵੀ ਇਹ ਤਾਂ ਬਾਦਲਕਿਆਂ ਦੇ ਨਾਲ ਚਟਾਰਾਂ ਵਾਂਗੂ ਖੜ੍ਹੇ ਸੀ, ਕਹਿੰਦੇ ਜੀ ਇਹ ਤਾਂ ਫਿਰ ਧਰਮ ਦਾ ਮਸਲਾ ਆ ਗਿਆ। ਮੈਂ ਕਿਹਾ ਫਿਰ ਜਿਹੜੇ ਬਰਗਾੜੀ ਮੋਰਚੇ ਨੂੰ ਡੀਲ ਲੀਡ ਕਰ ਰਹੇ ਹੈ ਉਹ ਕਿਹੜਾ ਭਲੇ ਮਾਣਸ ਨੇ, ਉਹਦੇ ਵਿੱਚ ਵੀ ਇਹੋ ਜਿਹੇ ਬੰਦੇ ਹੈਗੇ ਹੈ ਜਿਹਨਾਂ ਦਾ ਕੋਈ ਹੈ ਨਹੀਂ ਅਕਸ ਹੈ ਨਹੀਂ, ਅਤੇ ਉਹ ਮੂਹਰੇ ਚੌਧਰੀ ਬਣੇ ਹੋਏ ਹੈ, ਉਹਨਾਂ ਦਾ ਵੀ ਹੈ। ਕਹਿੰਦੇ ਨਾ ਜੀ ਹੁਣ ਤਾਂ ਲਹਿਰ ਹੈ, ਲਹਿਰ ਦੇ ਵਿੱਚ ਜਿਵੇਂ ਉਹਨਾਂ ਦਾ ਮੋਟਿਵ ਗੋਡਾ ਸ਼ਾਇਦ ਇਸੇ ਕਰਕੇ, ਹਾਂ ਬਸ ਬਸ ਇਹ ਗੱਲ ਹੈਗੀ ਹੈ, ਜਿਵੇਂ ਗਊ ਨੂੰ ਮਾਤਾ ਕਹਿ ਕੇ ਲੋਕ ਮੰਗਰ ਲੱਗ ਕੇ ਚਾਹੇ ਉਹ ਬੰਦਿਆਂ ਨੂੰ ਮਾਰਦੀ ਫਿਰਦੀ ਹੈ ਬਾਜ਼ਾਰਾਂ ਦੇ ਵਿੱਚ, ਉਹ ਲੋਕ ਉਹਦੇ ਮਗਰ ਲੱਗੇ ਹੋਏ ਆ, ਉਹਨਾਂ ਨੂੰ ਕੁਆਲਿਟੀ ਵਾਲਾ ਬੰਦਾ ਲੱਭ ਹੀ ਨਹੀਂ ਰਿਹਾ। ਇਹਨਾਂ ਨੇ ਜਿਹੜੀ ਬਾਦਲ ਦੇ ਵਿੱਚ ਕੁਆਲਿਟੀ ਸੀ ਇਹ ਕਦੇ ਵੀ ਨਹੀਂ ਸੋਚ ਸਕਦੇ ਵੀ ਉਹੋ ਜਿਹੀ ਕੁਆਲਿਟੀ ਮੁੜ ਕੇ ਆਜੂ। ਇਹ ਨਹੀਂ ਕਹਿੰਦਾ ਮੈਂ ਬਾਦਲ ਨੂੰ ਕੋਈ ਕਲੀਨ ਚਿੱਟ ਨਹੀਂ ਦਿੰਦਾ ਵੀ ਹੀ ਇਜ਼ ਮੋਸਟ ਓਨੈਸਟ ਪਰਸਨ, ਮੈਂ ਨਹੀਂ ਕਹਿੰਦਾ, ਬਟ ਜਿਵੇਂ ਗੱਲ ਨੂੰ ਡੀਲ ਕਰਨ ਦਾ ਤਰੀਕਾ ਸੀ ਨਾ ਉਹ ਕਿਸੇ ਦੇ ਵਿੱਚ ਡੀਲ ਕਰਨ ਵਾਲਾ ਹੈ ਨਹੀਂ। ਹੁਣ ਤਾਂ ਇਹ ਡੰਡੇ ਨਾਲ ਚਲਾਉਣਾ ਚਾਹੁੰਦੇ ਹੈ, ਹਾਂ ਜੇ ਪਿਓ ਨੇ ਥਾਣੇਦਾਰੀ ਕੀਤੀ ਹੁੰਦੀ ਹੈ ਤੇ ਮੁੰਡਾ ਥਾਣੇਦਾਰੀ ਦਾ ਰੋਹ ਮਾਰੇ, ਪਿਓ ਥਾਣੇਦਾਰੀ ਪਾਲਿਸੀ ਦੇ ਨਾਲ ਕਰ ਗਿਆ ਜਿਹਨੇ ਕਰ ਗਿਆ ਤੇ ਮੁੰਡਾ ਥਾਣੇਦਾਰੀ ਰੋਹ ਮਾਰ ਕੇ ਕਰੇ, ਇਹ ਗੱਲਾਂ ਹੁਣ ਨਹੀਂ ਚੱਲਦੀਆਂ। ਇਹਨਾਂ ਕੋਲ ਜਿਹੜੇ ਲੀਡਰ ਹੁਣ ਆਏ ਹੋਏ ਹੈ, ਚਾਹੇ ਉਹ ਕੱਲ ਉਹ ਇਹਨਾਂ ਦੇ ਖਿਲਾਫ ਬੋਲਦੇ ਸੀ ਅੱਤਵਾਦੀਆਂ ਦੇ ਵਿੱਚੋਂ ਆਏ ਹੋਏ ਹੈ, ਉਹ ਕਹਿੰਦੇ ਤੂੰ ਨਿਕਲ ਜਾਖੜਾ ਬਾਹਰ ਜੇ ਮਾਂ ਨੇ ਜੰਮਿਆ ਤਾਂ, ਇਹ ਕੋਈ ਪੋਲੀਟੀਕਲ ਗੱਲਾਂ ਨੇ, ਇਹ ਕੋਈ ਇਹ ਪੜ੍ਹਿਆ ਲਿਖਿਆ ਦੀਆਂ ਗੱਲਾਂ ਨੇ? ਇਹ ਇਸ ਨੂੰ ਕਹਿ ਸਕਦੇ ਹਾਂ ਵੀ ਇਹ ਅਕਾਲੀ ਦਲ ਜਿਹੜਾ ਹੈਗਾ ਪੂਰਾ ਇਹਦੇ ਵਿੱਚ ਗੂੜ ਵਿਦਵਾਨ ਬੰਦੇ ਹੈ, ਇਹ ਗੁੰਡਿਆਂ ਦੇ ਹੱਥ ਤਾਂ ਨਹੀਂ ਨਾ ਰਾਜਨੀਤੀ ਹੋਣੀ ਚਾਹੀਦੀ ਇਹਨਾਂ, ਇਹ ਗੁੰਡਾਗਰਦੀ ਤੋਂ ਕਰਕੇ ਲੋਕ ਇਹਨਾਂ ਨੂੰ ਵੋਟ ਨਹੀਂ ਪਾਉਣਗੇ ਜੀ। ਸੁਰਿੰਦਰ ਸਿੰਘ ਜੀ, ਇਹ ਜਿਹੜਾ ਜੇ ਦੇਖਿਆ ਜਾਵੇ ਬੇਅਦਬੀ ਦਾ ਬਹੁਤ ਵੱਡਾ ਮਸਲਾ ਚੱਲ ਰਿਹਾ ਸੀ, ਪਰ ਫਿਰ ਵੀ ਇਸ ਚੋਣ ਦੇ ਵਿੱਚ ਕੋਈ ਡੈਂਟ ਨਹੀਂ ਪਿਆ ਕੈਪਟਨ ਸਾਹਿਬ ਜਾਂ ਕਾਂਗਰਸੀ ਖੇਮਾ ਜਾਂ ਜਿਹੜੇ ਬਾਦਲ ਸਾਹਿਬ ਦੇ ਅਗੇਂਸਟ ਸੀਗੇ SGPC 'ਚ ਉਹ ਸਾਇਲੈਂਟ ਹੋ ਗਏ। ਇਸ ਦੇ ਨਾਲ ਤੁਹਾਨੂੰ ਕੀ ਲੱਗਦਾ ਕਿ ਬਰਗਾੜੀ ਮੋਰਚੇ 'ਤੇ ਜਾਂ ਬਾਦਲਾਂ ਦੇ ਖਿਲਾਫ ਜੋ ਐਜੀਟੇਸ਼ਨ ਖੜੀ ਹੋ ਰਹੀ ਹੈ ਉਸ 'ਤੇ ਕੋਈ ਅਸਰ ਪਵੇਗਾ, ਕਮਜ਼ੋਰ ਹੋਣਗੇ ਉਹ? ਨਹੀਂ ਪਰਮਿੰਦਰ, ਜਿੱਥੋਂ ਤੱਕ ਬਰਗਾੜੀ ਮੋਰਚੇ ਦਾ ਸਵਾਲ ਆ, ਵਾਰ ਵਾਰ ਬਰਗਾੜੀ ਮੋਰਚੇ ਦੀ ਗੱਲ ਆਉਂਦੀ ਹੈ। ਦੇਖੋ, ਜਿੱਥੋਂ ਤੱਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਪੱਤੀ ਦਾ ਸਵਾਲ ਆ,
ਉੱਥੋਂ ਤੱਕ ਤਾਂ ਸ਼ਾਇਦ ਹਰ ਸਿੱਖ ਨੂੰ ਕੀ ਹਰ ਹਿੰਦੂ ਨੂੰ ਹਰ ਮੁਸਲਮਾਨ ਹਰ ਇੱਕ ਨੂੰ ਦੁੱਖ ਹੈ ਦੁੱਖ ਹੈ ਯੈਸ ਜੇ ਅਸੀਂ ਕਹੀਏ ਕਿ ਉਹਦੇ ਮਗਰ ਬਹੁਤ ਵੱਡੀ ਵੇਵ ਹੋਵੇ ਵੇਵ ਨਹੀਂ ਹੈ ਜੇ ਅੱਗੇ ਵੀ ਬਰਗਾੜੀ 'ਚ ਤੁਸੀਂ ਦੇਖੋ ਕਿ ਉਹਨਾਂ ਨੂੰ 6 ਮਹੀਨੇ ਤੋਂ ਬੈਠੇ ਨੇ 6 ਮਹੀਨੇ ਦੇ ਅੰਦਰ ਪਰਮਿੰਦਰ ਉੱਥੇ ਕੀ ਹੋਇਆ ਕਿ ਜਦੋਂ ਸੁਖਪਾਲ ਸਿੰਘ ਖਹਿਰੇ ਨੇ ਕਾਲ ਦਿੱਤੀ 7 ਅਕਤੂਬਰ ਵਾਲੀ ਤਾਂ ਏਡਾ ਵੱਡਾ ਇਕੱਠ ਹੋ ਗਿਆ ਇਟ ਮੀਨਸ ਕਿ ਉਹ ਕੋਈ ਲੀਡਰ ਚਾਹੁੰਦੇ ਨੇ ਉਹਨਾਂ ਨੂੰ ਬਰਗਾੜੀ 'ਚ ਬੈਠਿਆਂ 'ਚ ਕੋਈ ਲੀਡਰ ਨਹੀਂ ਦਿਖਿਆ ਜੇ ਲੀਡਰ ਦਿਖਿਆ ਹੁੰਦਾ ਤਾਂ ਉੱਥੇ ਵੀ ਹਜ਼ਾਰਾਂ ਦਾ ਕੀ ਲੱਖਾਂ ਦਾ ਇਕੱਠ ਹੁੰਦਾ ਲੇਕਿਨ ਉਹਨਾਂ ਦੀ ਆਵਾਜ਼ 'ਤੇ ਨਹੀਂ ਹੋਇਆ ਔਰ ਉਹਨਾਂ ਨੇ ਵੀ ਸੁਖਪਾਲ ਖਹਿਰੇ ਨੂੰ ਸਾਈਡਲਾਈਨ ਕਰਨ ਦੀ ਕੋਸ਼ਿਸ਼ ਕੀਤੀ 7 ਤਰੀਕ ਨੂੰ ਵੀ ਕਰਨ ਦੀ ਕੀਤੀ ਈਵਨ ਕਿ 8 ਨੂੰ ਇੱਕ ਡਿਬੇਟ ਕੀਤੀ ਗਈ ਮਾਨ ਨੂੰ ਬੁਲਾਇਆ ਹਾਂ 8 ਤਰੀਕ ਨੂੰ ਇੱਕ ਬੀਰ ਦਵਿੰਦਰ ਸਿੰਘ ਨੂੰ ਨਾਲ ਲੈ ਕੇ ਇੱਕ ਡਿਬੇਟ ਕੀਤੀ ਗਈ ਬਕਾਇਦਾ ਕਿ ਜਿਹੜਾ ਬਰਗਾੜੀ ਮੋਰਚਾ ਇਹਦੀ ਅਗਵਾਈ ਤੇ ਇਹਦਾ ਕੋਈ ਵੀ ਪ੍ਰੋਗਰਾਮ ਦੇਣ ਦਾ ਅਧਿਕਾਰ ਕੇਵਲ ਤੇ ਕੇਵਲ ਧਿਆਨ ਸਿੰਘ ਮੰਡ ਕੋਲੇ ਆ ਉਹਦਾ ਰੀਜ਼ਨ ਕੀ ਸੀ ਕਿ ਜਿਹੜਾ ਕੱਲ 7 ਤਰੀਕ ਵਾਲਾ ਸੀ ਉਹ ਸਾਰਾ ਕੁਛ ਮੇਲਾ ਜਿਹੜਾ ਸੀਗਾ ਉਹ ਸੁਖਪਾਲ ਖਹਿਰਾ ਲੁੱਟ ਕੇ ਲਿਜਾ ਚੁੱਕਿਆ ਸੀ ਇਸ ਕਰਕੇ ਸੀਗਾ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਸੁਖਪਾਲ ਖਹਿਰੇ ਨੂੰ ਸਾਈਡਲਾਈਨ ਕੀਤਾ ਜਾਵੇ ਆਪਾਂ ਗੱਲ ਕਰ ਰਹੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਹੋਈ ਆ ਉੱਥੇ ਉਸ ਦੇ ਮੁਤਲਕ ਕਿਸੇ ਨੂੰ ਵੀ ਭੋਰਾ ਮੇਰੇ ਮੈਨੂੰ ਜਿਹੜਾ ਉਹ ਦੁੱਖ ਦਰਦ ਨਹੀਂ ਦੇਖ ਰਿਹਾ ਸਿਰਫ ਸਾਰਿਆਂ ਨੂੰ ਆਪੋ ਆਪਣੀਆਂ ਸਿਆਸੀ ਰੋਟੀਆਂ ਸੇਕਣ ਦੀ ਜਿਹੜੀ ਉਹ ਪਈ ਹੋਈ ਆ ਠੀਕ ਹੈ ਪਬਲਿਕ ਇਹਦੇ ਨਾਲ ਇਕੱਠੀ ਹੋ ਰਹੀ ਪਬਲਿਕ ਉੱਥੇ ਹੋ ਰਹੀ ਹੈ ਕੇਵਲ ਤੇ ਕੇਵਲ ਸੁਖਪਾਲ ਖਹਿਰੇ ਨਾਲ ਤਾਂ ਇਹ ਕਿਤੇ ਨਾ ਕਿਤੇ ਸੁਖਪਾਲ ਖਹਿਰੇ ਨੂੰ ਸਾਈਡਲਾਈਨ ਕਰਕੇ ਆਪਣੀਆਂ ਰੋਟੀਆਂ ਸੇਕਦੇ ਆ ਅੱਜ ਉੱਥੇ ਬਰਗਾੜੀ ਬੈਠੇ ਕੋਈ ਕਾਲ ਦੇ ਲੈਣ ਤੇ ਤੁਸੀਂ ਦੇਖ ਲਿਓ ਕਿੰਨਾ ਕੁ ਇਕੱਠ ਹੁੰਦਾ ਜਿਹੜਾ 6 ਮਹੀਨੇ 'ਚ ਹੋਇਆ ਜਾਂ ਅੱਗੇ ਹੁੰਦਾ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਉਹ ਬਰਗਾੜੀ ਵਾਲਿਆਂ ਨੂੰ ਕਿੰਨਾ ਕੁ ਡੈਂਟ ਪਿਆ ਜਾਂ ਨਹੀਂ ਪਿਆ ਬਾਦਲਾਂ ਦੇ ਵਿਰੁੱਧ ਕੀ ਆ ਇਹ ਤਾਂ ਹੁਣ ਵੇਵ ਖੜੀ ਹੋਵੇ ਕਿ ਪੋਲੀਟੀਕਲੀ ਵੇਵ ਆ ਪੋਲੀਟੀਕਲ ਵੇਵ ਹੋਏਗੀ ਤਾਂ ਡੈਂਟ ਪਏਗਾ ਜੇ ਪੋਲੀਟੀਕਲੀ ਵੇਵ ਨਹੀਂ ਹੋਏਗਾ ਤਾਂ ਕੋਈ ਵੀ ਪਰਮਿੰਦਰ ਡੈਂਟ ਇੱਥੇ ਇੱਕ ਗੱਲ ਹੈਗੀ ਹੈ ਜੀ ਜਿਹੜੇ ਮੌਜੂਦਾ ਸਰਕਮਸਟਾਂਸਸ ਬਣੇ ਆ ਆਪਾਂ ਸਾਰੀ ਚਰਚਾ ਕੀਤੀ ਹੈ ਗੱਲ ਕੀਤੀ ਹੈਗੀ ਹੈ ਹੁਣ ਜਿਹੜਾ ਮਾਝਾ ਅਤੇ ਦੁਆਬਾ ਹੈਗਾ ਉਹ ਉੱਥੇ ਇੱਕ ਤਰ੍ਹਾਂ ਦਾ ਖਲਾਅ ਪੈਦਾ ਹੋ ਗਿਆ ਜੀ ਜ਼ਿਆਦਾ ਜਿਹੜੇ ਟਕਸਾਲੀ ਆਪਾਂ ਜਿਹਨੂੰ ਕਹਿ ਦਈਏ ਸੋ ਕਾਲ ਟਕਸਾਲੀ ਉਹਨਾਂ ਦੇ ਨਾਲ ਕੁਛ ਨਾ ਕੁਛ ਪਰਸੈਂਟੇਜ ਤਾਂ ਵੋਟਾਂ ਹੈਗੀਆਂ ਬਿਲਕੁਲ ਉਹਨਾਂ ਦੇ ਪਰਿਵਾਰ 'ਚ ਦੂਜੇ ਪਾਸੇ ਗਏ ਆ ਬੰਦੇ ਉਹਨਾਂ ਦੇ ਨਾਲ ਓਡੀ ਧਿਰ ਨਹੀਂ ਹੋਣੀ ਚਾਹੇ ਉਹਨਾਂ ਨੂੰ ਜੋ ਮਰਜ਼ੀ ਇਹ ਬਦਾਮ ਪਿਆ ਕੇ ਉਹਨੂੰ ਮੈਦਾਨ 'ਚ ਉਤਾਰ ਦੇਣ ਜੀ ਬਟ ਉਹਨਾਂ ਦਾ ਕੁਛ ਨਾ ਕੁਛ ਉਹ ਹੈਗਾ ਇਹ ਕਿਹਦੀ ਫਿਰ ਇਹਦੇ ਵਿੱਚ ਬੈਂਸ ਭਰਾ ਆਉਣਗੇ ਗਾਹਾਂ ਇਹਦੇ ਵਿੱਚ ਆਮ ਆਦਮੀ ਪਾਰਟੀ ਸੁਖ ਇਹ ਖਹਿਰਾ ਆਊਗਾ ਹਾਲਾਂਕਿ ਖਹਿਰਾ ਦਾ ਅਕਾਲੀ ਦਲ ਦੇ ਨਾਲ ਕੋਈ ਉਹ ਨਹੀਂ ਬਿਲਕੁਲ ਆਪਾਂ ਵਕਫੇ ਤੋਂ ਬਾਅਦ ਸਿੱਧੂ ਸਾਹਿਬ ਗੱਲ ਕਰਾਂਗੇ ਕਿ ਟਕਸਾਲੀਆਂ ਦੇ ਬਾਦਲਾਂ ਨਾਲੋਂ ਅਲੱਗ ਹੋਣ ਦਾ ਇੱਕ ਫਾਇਦਾ ਅਤੇ ਨੁਕਸਾਨ ਕਿਹਨੂੰ ਹੋਵੇਗਾ ਸੁਰਿੰਦਰ ਸਿੰਘ ਜੀ ਇੱਕ ਵਕਫੇ ਤੋਂ ਬਾਅਦ ਆਪਾਂ ਮਿਲਦੇ ਹਾਂ ਅਕਾਲ ਚੈਨਲ ਦੇ ਦਾਨਿਸ਼ਵੰਦ ਦਰਸ਼ਕਾਂ ਦਾ ਪ੍ਰੋਗਰਾਮ ਸੱਚ ਦਾ ਸਾਹਮਣਾ ਦੇ ਵਿੱਚ ਪਰਮਿੰਦਰ ਸਿੰਘ ਟਵਾਣਾ ਵੱਲੋਂ ਸਵਾਗਤ ਅਤੇ ਅੱਜ ਦੇ ਮੌਜੂਦ ਮਹਿਮਾਨ ਮੇਰੇ ਬਿਲਕੁਲ ਨਾਲ ਬੈਠੇ ਨੇ ਉੱਗੇ ਲੇਖਕ ਇਲੈਕਸ਼ਨ ਕਮਿਸ਼ਨ ਤੋਂ ਸਾਬਕਾ ਤਹਿਸੀਲਦਾਰ ਸਰ ਨਾਮਦੇਵ ਸਿੰਘ ਸਿੱਧੂ ਸਾਹਿਬ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਆਪਣੇ ਦੂਸਰੇ ਮੌਜੂਦ ਮਹਿਮਾਨ ਰਾਜਸੀ ਮਾਮਲਿਆਂ ਦੇ ਮਾਹਰ ਸਵਾ ਸੁਰਿੰਦਰ ਸਿੰਘ ਜੀ ਆਪ ਦਾ ਵੀ ਸਵਾਗਤ ਗੁਰਫਤਿਹ ਜਿਸ ਤਰ੍ਹਾਂ ਸਿੱਧੂ ਸਾਹਿਬ ਨੇ ਕਿਹਾ ਸੁਰਿੰਦਰ ਸਿੰਘ ਜੀ ਕਿ ਜਿਹੜੇ ਟਕਸਾਲੀ ਵੱਖ ਹੋਏ ਨੇ ਜਾਂ ਹੋ ਰਹੇ ਨੇ ਆਉਣ ਵਾਲੇ ਦਿਨਾਂ 'ਚ ਇਹਦਾ ਫਾਇਦਾ ਕਿਸ ਪਾਰਟੀ ਨੂੰ ਹੋਏਗਾ ਆਮ ਆਦਮੀ ਪਾਰਟੀ ਨੂੰ ਜਾਂ ਕਾਂਗਰਸ ਨੂੰ ਪਰਮਿੰਦਰ ਦੇਖੋ ਜਿੱਥੋਂ ਤੱਕ ਮਾਝੇ ਅਤੇ ਦੁਆਬੇ ਦਾ ਸਵਾਲ ਹੈ ਜਿਹੜੀ ਸਿੱਧੂ ਸਾਹਿਬ ਨੇ ਗੱਲ ਕੀਤੀ ਆ ਉੱਥੇ ਦੇਖੋ ਕਾਂਗਰਸ ਜਿਹੜੀ ਉਹ ਹੈਵੀ ਆ ਤਾਂ ਸਟਰੋਂਗ ਹੈ ਬਿਲਕੁਲ ਕਾਂਗਰਸ ਪਹਿਲਾਂ ਵੀ ਸਟਰੋਂਗ ਆ ਅਤੇ ਮੇਰੇ ਹਿਸਾਬ ਨਾਲ ਆਉਣ ਵਾਲੇ ਸਮੇਂ 'ਚ ਵੀ ਸਟਰੋਂਗ ਰਹੇਗੀ ਉੱਥੇ ਉਹ ਮਾਰ ਨਹੀਂ ਖਾਵੇਗੀ ਕਿਉਂਕਿ ਅਕਾਲੀ ਦਲ ਜਿਹੜਾ ਉੱਥੇ ਜਿੰਨਾ ਕੁ ਡੈਂਟ ਪੈ ਗਿਆ ਅਕਾਲੀ ਦਲ ਲਈ ਉਹੀ ਬਹੁਤ ਆ ਭਾਵੇਂ ਉਹ ਕਿਤੇ ਮਰਜ਼ੀ ਬੈਠਣ ਲੇਕਿਨ ਕਾਂਗਰਸ ਨੂੰ ਉੱਥੇ ਬਹੁਤੀ ਵੱਡੀ ਮਾਰ ਨਹੀਂ ਪੈਣ ਵਾਲੀ ਉੱਥੇ ਅਕਾਲੀ ਦਲ ਅਤੇ ਬੀਜੇਪੀ ਲਈ ਜਿਹੜਾ ਕੋਈ ਉਹ ਬਹੁਤ ਵਧੀਆ ਸੰਕੇਤ ਨਹੀਂ ਹੈ ਜਿੱਥੋਂ ਤੱਕ ਮਾਲਵੇ ਦਾ ਸਵਾਲ ਆ ਮਾਲਵੇ 'ਚ ਕੀ ਪੂਰੇ ਪੰਜਾਬ ਦੇ ਵਿੱਚ ਹੀ ਆਮ ਆਦਮੀ ਪਾਰਟੀ ਤਾਂ ਮੈਂ ਪਹਿਲਾਂ ਵੀ ਸਾਰੇ ਚੈਨਲਾਂ 'ਤੇ ਪਰਮਿੰਦਰ ਕਹਿੰਦਾ ਆਇਆ ਕਿ ਉਹਨਾਂ ਦੀ 13 ਦੀਆਂ 13 ਸੀਟਾਂ 'ਤੇ ਜ਼ਮਾਨਤ ਜ਼ਬਤ ਆ ਉਹ ਭੁੱਲ ਜਾਣ ਜੇ ਸੁਖਪਾਲ ਨੂੰ ਖਹਿਰੇ ਨੂੰ ਲੈ ਕੇ ਚੱਲ ਜਾਂਦੇ ਤਾਂ ਕੁਛ ਨਾ ਕੋਈ ਟੱਕਰ ਦੇਣ ਦੀ ਸਮਰੱਥਾ 'ਚ ਹੈ ਸੀ ਉਹਨਾਂ ਦੇ ਪੱਲੇ ਕੁਛ ਨਹੀਂ ਉਹ ਬਿਲਕੁਲ ਖਤਮ ਹੋ ਚੁੱਕੇ ਆ ਛੱਡ ਦਿਓ ਆਉਣ ਵਾਲੇ ਸਮੇਂ 'ਚ ਦੇਖੀ ਜਾਏਗੀ ਖਹਿਰਾ ਨਾਲ ਇਹਨਾਂ ਦਾ ਟਕਸਾਲੀਆਂ ਦਾ ਅਲਾਇੰਸ ਹੋਣ ਦਾ ਕੋਈ ਨਹੀਂ ਪਰਮਿੰਦਰ ਜੇ ਖਹਿਰਾ ਸਿਆਣਾ ਹੋਏਗਾ ਤਾਂ ਬੈਂਸਾਂ ਨੂੰ ਲੈ ਕੇ ਇਕੱਲਾ ਉੱਠ ਕੇ ਤੁਰ ਪਵੇ ਉਹਦੇ ਨਾਲ ਅੱਜ ਵੀ ਪੰਜਾਬ 'ਚੋਂ ਇੱਕ ਵੇਵ ਜਿਹੜੀ ਆ ਉਹਦੀ ਲੋਕ ਆਸ ਰੱਖਦੇ ਆ ਔਰ ਪੈਦਾ ਹੋ ਸਕਦੀ ਆ ਜਿਹਦੀ ਕਿ ਲੋਕਾਂ ਨੂੰ ਆਸ ਆ
ਜੇ ਉਹ ਲੈ ਕੇ ਚੱਲ ਪਵੇ ਤੇ ਹੋ ਸਕਦਾ ਕਿ ਸਾਰੀਆਂ ਪਾਰਟੀਆਂ ਨੂੰ ਪਟਕਲੀ ਨੂੰ ਨਾਲ ਲੈ ਲੈਂਦਾ ਨੁਕਸਾਨ ਨਹੀਂ ਨਹੀਂ ਉਹਦਾ ਨੁਕਸਾਨ ਹੋਊਗਾ ਦੇਖੋ ਪਰਮਿੰਦਰ ਇਹ ਆ ਜੇਕਰ ਖਹਿਰਾ ਬਰਗਾੜੀ ਜਾ ਕੇ ਬੈਠੇਗਾ ਤਾਂ ਨੁਕਸਾਨ ਹੋਏਗਾ ਲੇਕਿਨ ਜਦੋਂ ਉਹ ਹੋਰ ਕਿਸੇ ਪਾਰਟੀ 'ਚ ਹੁੰਦੇ ਆ ਤੇ ਅੱਤਵਾਦੀ ਆ ਫਿਰ ਉਹਨਾਂ ਨੂੰ ਪਤਾ ਨਹੀਂ ਕਿਹੜੇ ਕਿਹੜੇ ਨਾਂ ਲੈ ਕੇ ਇਹ ਪੁਕਾਰਦੇ ਆ ਇਹਨਾਂ ਨੂੰ ਇਹ ਹੁੰਦਾ ਕਿ ਜਿਹੜਾ ਸਾਡੇ ਤੋਂ ਬਾਹਰ ਆ ਉਹਨੂੰ ਜੋ ਮਰਜ਼ੀ ਮਤਲਬ ਵੋਟ ਬੈਂਕ ਟਵਿਸਟ ਕਰ ਜਾਂਦਾ ਹਾਂ ਪਰਮਿੰਦਰ ਸਿਰਫ ਇੱਕੋ ਹੀ ਆ ਕਿ ਸੁਖਪਾਲ ਖਹਿਰਾ ਬੈਂਸਾਂ ਨੂੰ ਨਾਲ ਲੈ ਕੇ ਬੈਂਸਾਂ ਨੂੰ ਲੁਧਿਆਣੇ ਤੱਕ ਸੀਮਤ ਰੱਖੇ ਤੇ ਪੂਰਾ ਪੰਜਾਬ ਇਕੱਲਾ ਘੁੰਮ ਜਾਵੇ ਤਾਂ ਤੀਸਰੀ ਧਿਰ ਜਿਹੜੀ ਆ ਉਹ ਆਜੂ ਆਮ ਆਦਮੀ ਪਾਰਟੀ ਅਤੇ ਦਿੱਲੀ ਬੈਠਿਆਂ ਨੂੰ ਅਗਲਾ ਰਸਤਾ ਦਿਖਾ ਦੇਵੇਗਾ ਅਤੇ ਬਹੁਤ ਵਧੀਆ ਸੰਕੇਤ ਸਟੇਟ ਲਈ ਵੀ ਹੋਏਗਾ ਭਾਵੇਂ ਸੀਟ ਇੱਕ ਵੀ ਨਾ ਜਿੱਤ ਸਕੇ ਇੱਕ ਇੱਥੇ ਗੱਲ ਮੈਂ ਹੋਰ ਕਰੂੰਗਾ ਸੁਖਪਾਲ ਖਹਿਰਾ ਦਾ ਜੋ ਵੀ ਉਹਨੂੰ ਜੋ ਗੱਲ ਕਰਦਾ ਹੈ ਉਹ ਹਿਸਟੋਰਿਕ ਕਰਦਾ ਹੈ ਪਰ ਤੱਥ ਦੇ ਆਧਾਰ ਤੇ ਹੁੰਦੀ ਹੈ ਪਰ ਕਦੇ ਨਾ ਕਦੇ ਉਹ ਵੀ ਸਿਆਸੀ ਲਾਹਾ ਲੈਣ ਵਾਸਤੇ ਕਦੇ ਨਾ ਕਦੇ ਉਹ ਗੱਲ ਇਸ ਤਰ੍ਹਾਂ ਦੀ ਕਰ ਜਾਂਦਾ ਹੈ ਜਿਹੜੀ ਤੱਥਾਂ ਤੋਂ ਪਰੇ ਹੁੰਦੀ ਹੈ ਉਹ ਜੇ ਇੱਕ ਅੱਧੀ ਗੱਲ ਬੇਸਲੈਸ ਹੁੰਦੀ ਹੈ ਉਹ ਸਾਰਾ ਬੇਸ ਉਹਦਾ ਖਿਸਕਾ ਦਿੰਦੀ ਹੈ ਪਿੱਛੇ ਜੇ ਉਹਨੇ ਇੱਕ ਗੱਲ ਕੀਤੀ ਉਹ ਕਹਿੰਦਾ ਵੀ ਕੇਜਰੀਵਾਲ ਪੰਜਾਬ ਦੇ ਵਿੱਚ ਨਿਰੰਕਾਰੀਆਂ ਦਾ ਨਿਰੰਕਾਰੀ ਬਾਬੇ ਦਾ ਪੁਤਲਾ ਰਿਹਾ ਪੰਜਾਬ 'ਚ ਕਾਂਗਰਸ ਆਮ ਆਦਮੀ ਪਾਰਟੀ ਦੀ ਸਰਕਾਰ ਕੋਈ ਨਹੀਂ ਕੇਜਰੀਵਾਲ ਨੇ ਵਾਡਾ ਕੋਈ ਨਹੀਂ ਕੇਜਰੀਵਾਲ ਨੂੰ ਅਧਿਕਾਰ ਕੋਈ ਨਹੀਂ ਬੁਤਲਾਉਣ ਦਾ ਇਹ ਵੇ ਵੀ ਨਹੀਂ ਹੋ ਸਕਦੀ ਵੀ ਉਹ ਆ ਕੇ ਇੱਥੇ ਬੁਤਲਾ ਦੇ ਇਹ ਕਦੇ ਵੀ ਹੋ ਹੀ ਨਹੀਂ ਸਕਦੀ ਇਹ ਸੁਖਪਾਲ ਖਹਿਰੇ ਨੂੰ ਵੀ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਇਹਨਾਂ ਇਹ ਨਿਕਲੇ ਤਾਂ ਇੱਕ ਪਾਰਟੀ ਦੇ ਵਿੱਚੋਂ ਹੈ ਚਾਹੇ ਆਮ ਆਦਮੀ ਪਾਰਟੀ ਉਹ ਕੇਜਰੀਵਾਲ ਹੈ ਠੀਕ ਹੈ ਉਹਨੇ ਆਪਦਾ ਦਿੱਲੀ ਦੀ ਸਿਆਸੀ ਜ਼ਮੀਨ ਬਚਾਉਣ ਵਾਸਤੇ ਉਹਨੇ ਪੰਜਾਬ ਦੇ ਪਾਣੀਆਂ ਤੋਂ ਚੁੱਪ ਕਰ ਗਿਆ ਉਹ ਪਿੱਛੇ ਹਟ ਗਿਆ ਬਟ ਸੁਖਪਾਲ ਖਹਿਰੇ ਨੂੰ ਪਾਣੀਆਂ ਦੇ ਉੱਤੇ ਸਾਡੇ ਡਟ ਕੇ ਪਹਿਰਾ ਦੇਣਾ ਚਾਹੀਦਾ ਜਿਹੜੀਆਂ ਸਾਡੀਆਂ ਜਿਹਨੂੰ ਕਹਿੰਦੇ ਅਸੀਂ ਵੀ ਪ੍ਰਦੂਸ਼ਣ ਫੈਲਾਉਂਦੇ ਆ ਇਹ ਕਰਦੇ ਆ ਕਿਸਾਨ ਇਹ ਕਰਦੇ ਆ ਇਹਨਾਂ ਨੇ ਹੁਣ ਪਿੱਛੇ ਕੋਰਟ ਨੇ ਕਿਹਾ ਸਰਕਾਰਾਂ ਨੇ ਕਿਹਾ ਵੀ 2 ਘੰਟੇ ਦੀ ਅਸੀਂ ਇਜਾਜ਼ਤ ਦਿੱਤੀ ਅੱਗ ਲਾਉਣ ਦੀ ਉਹਨਾਂ ਨੂੰ ਪਟਾਕਿਆਂ ਨੂੰ ਜੇ ਕੈਮੀਕਲਾਂ ਨੂੰ ਤੁਸੀਂ 2 ਘੰਟੇ ਦੀ ਇਜਾਜ਼ਤ ਦੇ ਸਕਦੇ ਹੋ ਫਿਰ ਜੱਟ ਨੇ ਤਾਂ ਪਰਾਲੀ ਨੂੰ 2 ਮਿੰਟ ਵਾਸਤੇ 2 ਮਿੰਟ ਬੱਤੀ ਚਾਹੀਦੀ ਆ ਉਹਨੂੰ ਅਤੇ ਜੱਟ ਦੇ 2 ਮਿੰਟ ਦੀ ਬੱਤੀ ਪਿੱਛੇ ਕਿਉਂ ਪਿੱਟਦੇ ਹੋ ਉਹਦੇ ਨਾਲ ਤਾਂ ਸਾਡਾ ਪ੍ਰਦੂਸ਼ਣ ਹੁੰਦਾ ਜਿਹੜੀ ਪਰਾਲੀ ਸੜ ਕੇ ਸਵਾਹ ਹੋ ਜਾਂਦੀ ਆ ਉਹਦੇ ਨਾਲ ਪ੍ਰਦੂਸ਼ਣ ਹੁੰਦਾ ਅਸੀਂ ਇਹ ਗੱਲ ਨਹੀਂ ਕਹਿੰਦੇ ਵੀ ਉਹ ਅੱਗ ਜ਼ਰੂਰ ਲਾਉਣ ਹਾਂ ਪਰ ਉਹਦਾ ਵੀ ਕਿਤੇ ਨਾ ਕਿਤੇ ਉਹਨੂੰ ਵੀ ਮੋਹਲਤ ਮਿਲਣੀ ਚਾਹੀਦੀ ਪਰ ਸਿੱਧੂ ਸਾਹਿਬ ਇਸ ਵਾਰੀ ਖੁਸ਼ਕਿਸਮਤੀ ਹੈ ਕਿ ਪ੍ਰਦੂਸ਼ਣ ਬਹੁਤ ਘੱਟ ਹੈ ਬਹੁਤ ਘੱਟ ਸ਼ਿੱਟਾਂ ਪਈਆਂ ਨੇ ਸੋ ਇਸ ਵਾਰੀ ਤਾਂ ਕਮਾਲ ਹੀ ਹੋਊਗੀ ਬਹੁਤ ਸੋਹਣਾ ਸੁਹਾਵਣਾ ਵਾਤਾਵਰਨ ਪੰਜਾਬ ਦਾ ਹੈ ਪਰ ਸੁਰਿੰਦਰ ਸਿੰਘ ਜੀ ਸਿਆਸੀ ਵਾਤਾਵਰਨ ਝਾੜੂ ਪਾਰਟੀ ਦਾ ਕੀ ਕਹਿੰਦਾ ਤੁਹਾਡੇ ਮੁਤਾਬਕ ਖਹਿਰੇ ਹੋਰਾਂ ਨੂੰ ਜਿਸ ਤਰ੍ਹਾਂ ਬਰਖਾਸਤ ਕੀਤਾ ਜਿਹੜਾ ਸਸਪੈਂਡ ਕੀਤਾ ਗਿਆ ਭਗਵੰਤ ਮਾਨ ਖੇਮਾ ਥੋੜ੍ਹਾ ਸਾਇਲੈਂਟ ਹੈ ਕੀ ਲੱਗਦਾ ਹੈ ਕਿ ਇਹਨਾਂ ਦਾ ਆਪਸ ਦੇ ਵਿੱਚ ਕੀ ਚੱਲ ਰਿਹਾ ਹੈ ਨਹੀਂ ਪਰਮਿੰਦਰ ਚੱਲ ਕੁਛ ਨਹੀਂ ਰਿਹਾ ਗੱਲ ਇਹ ਆ ਦੋਨੋਂ ਜਣੇ ਹੀ ਸਿਆਸਤ ਖੇਡ ਰਹੇ ਆ ਸੁਖਪਾਲ ਖਹਿਰੇ ਨੂੰ ਇਹ ਪਤਾ ਕਿ ਜੇ ਅਸੀਂ ਪਾਰਟੀ ਛੱਡਾਂਗੇ ਤਾਂ ਸਾਡੀ ਐਮਐਲਏਸ਼ਿਪ ਜਾਂਦੀ ਹੈ ਜੀ 8 ਜਣਿਆਂ ਦੀ ਉਹਨਾਂ ਨੂੰ ਪਤਾ ਕਿ ਜੇ ਅਸੀਂ 8 ਨੂੰ ਪੱਕੇ ਤੌਰ 'ਤੇ ਪਾਰਟੀ 'ਚੋਂ ਕੱਢਾਂਗੇ ਤਾਂ ਸਾਡੇ ਤੋਂ ਆਪੋਜੀਸ਼ਨ ਦਾ ਆਉਂਦਾ ਜਾਂਦਾ ਹੈ ਠੀਕ ਹੈ ਦੋਨੋਂ ਕਿਤੇ ਨਾ ਕਿਤੇ ਬੱਝੇ ਹੋਏ ਆ ਸਿਰਫ ਇਸ ਮੁਫਾਦ ਦੇ ਲਈ ਜੇ ਉੱਦਾਂ ਕਹਿ ਦਈਏ ਸਿਧਾਂਤਕ ਤੌਰ 'ਤੇ ਇਹਨਾਂ ਦੀ ਸੋਚ ਇੱਕ ਹੋ ਜੂਗੀ ਇਕੱਠੇ ਹੋ ਜਾਣਗੇ ਉਹ ਨਹੀਂ ਹੋਣੇ ਠੀਕ ਹੈ ਲੇਕਿਨ ਸੁਖਪਾਲ ਖਹਿਰਾ ਜਿੰਨਾ ਲੇਟ ਕਰੇਗਾ ਓਨਾ ਨੁਕਸਾਨ ਕਰੇਗਾ ਜਿੰਨਾ ਅਰਲੀ ਉਹ ਪਾਰਟੀ ਸਟੈਂਡ ਕਰ ਜਾਵੇ ਕੈਂਡੀਡੇਟ ਡਿਕਲੇਅਰ ਕਰ ਜਾਵੇ ਆਮ ਆਦਮੀ ਪਾਰਟੀ ਨੂੰ ਦਿੱਲੀ ਵਾਲਿਆਂ ਨੂੰ ਦੁਬਾਰਾ ਪੰਜਾਬ 'ਚ ਵੜਨਾ ਬੰਦ ਕਰ ਦੇਗਾ ਜਾਂ ਚੁੱਕੇ ਸਮਝੌਤਾ ਕਰ ਜਾਣਗੇ ਤੇ ਜਾਂ ਸਦਾ ਦੇ ਲਈ ਪੰਜਾਬ 'ਚੋਂ ਬੋਰੀ ਬਿਸਤਰਾ ਲਪੇਟ ਕੇ ਤੁਰਦੇ ਬਣ ਮਤਲਬ ਹੌਲੀ ਹੌਲੀ ਖਹਿਰਾ ਵੀ ਨਹੀਂ ਤਾਂ ਖੁਰ ਜਾਏਗਾ ਬਿਲਕੁਲ ਬਿਲਕੁਲ ਨਹੀਂ ਤਾਂ ਪਰਮਿੰਦਰ ਖਹਿਰੇ ਦੀ ਹਾਲਤ ਮੈਂ ਪਹਿਲਾਂ ਵੀ ਕਈ ਵਾਰੀ ਕਿਹਾ ਜਗਮੀਤ ਸਿੰਘ ਬਰਾੜ ਤੇ ਵੀਰ ਦਵਿੰਦਰ ਵਾਲੀ ਹੋਏਗੀ ਉਸ ਲਾਈਨ ਦੇ ਕਤਾਰ ਦੇ ਵਿੱਚ ਤੀਸਰਾ ਨਾਮ ਜਿਹੜਾ ਉਹ ਸੁਖਪਾਲ ਖਹਿਰੇ ਦਾ ਜੁੜ ਜਾਏਗਾ ਬਿਲਕੁਲ ਇੱਕ ਬਹੁਤ ਅੱਛੇ ਕਾਰਟੂਨ ਆ ਰਿਹਾ ਸਿੱਧੂ ਸਾਹਿਬ ਕਿ ਮੋਦੀ ਸਾਹਿਬ ਨੇ 3000 ਕਰੋੜ ਰੁਪਈਆ ਸੁਆਹਾ ਕਰ ਦਿੱਤਾ ਸਰਦਾਰ ਪਟੇਲ ਦਾ ਬੁੱਤ ਲਾ ਦਿੱਤਾ ਬੜੇ ਅੱਛੇ ਕ੍ਰੀਏਟਿਵ ਲੋਕ ਨੇ ਕਾਰਟੂਨ ਦੇ ਵਿੱਚ ਦੇਖਣਗੇ ਦਰਸ਼ਕ ਕਹਿੰਦੇ ਵੀ ਇੰਨੀ ਵਿਸ਼ਵ ਦੀ ਸਭ ਤੋਂ ਉੱਚੀ ਮੂਰਤੀ 'ਤੇ ਵੀ ਜਾ ਕੇ ਅੱਛੇ ਦਿਨ ਤਾਂ ਨਜ਼ਰ ਨਹੀਂ ਆਉਂਦੇ ਅਤੇ ਮੋਦੀ ਸਾਹਿਬ ਸਮੱਸਿਆਵਾਂ ਦਰ ਸਮੱਸਿਆਵਾਂ 'ਚ ਘਿਰੀ ਜਾ ਰਹੇ ਆ ਇਸ ਦੌਰਾਨ 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਹੋ ਰਹੀਆਂ ਨੇ ਇਹ ਜਿਹੜਾ EVM ਦਾ ਮੁੱਦਾ ਤੁਸੀਂ ਇਹਨੂੰ ਕਾਫ਼ੀ ਤੁਹਾਡਾ ਮਹਿਕਮਾ ਇਹ ਰਿਹਾ ਇਸ ਵਾਰੀ EVM ਦਾ ਮੁੱਦਾ ਅਜੇ ਨਹੀਂ ਉੱਠਿਆ ਇਹ 5 ਰਾਜਾਂ ਦੀਆਂ ਚੋਣਾਂ ਕਿਵੇਂ ਰਹੇਗਾ ਸਾਡੇ ਗੁਆਂਢੀ ਰਾਜਸਥਾਨ ਮੈਂ ਉਹ ਤੋਂ ਪਹਿਲਾਂ ਤੁਹਾਡੇ ਉਸਦੀ ਗੱਲ ਕਰਾਂ ਉਹ ਜਿਹੜੀ 182 ਸਟੈਚੂ ਦੀ ਉਹ ਲਿਬਰਟੀ ਦਾ ਸਟੈਚੂ ਜਿਹਨੂੰ ਅਸੀਂ ਕਹਿੰਦੇ ਹਾਂ ਜੀ ਉਹ ਇਹਨਾਂ ਨੇ ਕੀ ਕੀਤਾ ਚੀਨ ਤੋਂ ਬਣਵਾ ਲਈ ਚੀਨ ਉਹ ਤੋਂ ਇੱਕ ਕੰਟਰੀ ਤੋਂ ਇਹਨੇ ਲੋਨ ਲੈ ਲਿਆ ਦੂਜੇ ਤੋਂ ਬਣਵਾ ਲਈ ਫਿਰ ਮੇਡ ਇਨ ਇੰਡੀਆ ਤਾਂ ਰਿਹਾ ਨਾ ਇਹ ਨੰਬਰ 2 ਦੇ ਉੱਤੇ ਇਹਦੇ 'ਤੇ 3000 ਕਰੋੜ ਰੁਪਇਆ ਇਹਨੇ ਖਰਚਤਾ
ਉਹ ਕੋਈ RSS ਦਾ ਤਕੜਾ ਵੱਡਾ ਬਿਗ ਵਿਗ ਸੀਗਾ, ਉਹਨੇ ਮੈਨੂੰ ਲਿਖਿਆ ਵੀ ਇਹ 200 ਕਰੋੜ ਰੁਪਈਆ ਇਸ ਦੀ ਹਰ ਸਾਲ ਦਾ ਰੈਵੇਨਿਊ ਇਕੱਠਾ ਹੋਊਗਾ ਇਸ ਮੂਰਤੀ ਤੋਂ। ਮੈਂ ਉਹਨੂੰ ਕਿਹਾ ਵੀ ਇਹਦਾ 3000 ਕਰੋੜ ਦਾ ਵਿਆਜ ਲਾ ਕੇ ਦੇਖੋ, ਇਹ 370 ਕਰੋੜ ਰੁਪਈਆ ਬਣਦਾ ਹੈ ਅਤੇ 200 ਕਰੋੜ ਰੁਪਈਆ ਦੇ ਰੱਖ ਰਖਾਅ ਦਾ ਹੋ ਗਿਆ, 570 ਕਰੋੜ ਰੁਪਈਆ ਖਰਚ ਕੇ ਜੇ ਤੁਸੀਂ 370 ਕਰੋੜ ਰੁਪਈਆ ਦੁਬਾਰਾ ਕਹਿੰਦੇ ਹੋ ਫਿਰ ਲੌਸ ਹੀ ਹੋਇਆ ਤੁਹਾਨੂੰ, ਫਾਇਦਾ ਤਾਂ ਹੋਇਆ ਨਾ। ਇਹਦੇ ਵਿੱਚ ਤੁਸੀਂ ਚਾਹੁੰਦੇ ਕੀ ਹੋ, ਕੀ ਕਰਨਾ ਚਾਹੁੰਦੇ ਹੋ ਤੁਸੀਂ? 5 ਸੂਬਿਆਂ 'ਚ ਕੀ ਸਥਿਤੀ ਰਹੇਗੀ ਬੀਜੇਪੀ ਦੀ ਜਾਂ ਕਾਂਗਰਸ ਦੀ? ਇਹ ਤਾਂ ਆਪਾਂ ਨਹੀਂ ਕਹਿ ਸਕਦੇ ਵੀ ਬੀਜੇਪੀ ਸਾਰੇ ਹੀ ਲੂਸ ਕਰ ਜੂਗੀ। ਰਾਜਸਥਾਨ ਮੇਰੇ ਹਿਸਾਬ ਦੇ ਨਾਲ ਬੀਜੇਪੀ ਤੋਂ ਗਿਆ, ਉੱਥੇ ਤਾਂ ਵੈਸੇ ਵੀ ਰਿਪਲੇਸ ਹੁੰਦਾ। ਹਾਂਜੀ ਹਾਂ, ਉਹ ਬੀਜੇਪੀ ਤੋਂ ਗਿਆ ਜਿਹੋ ਜਿਹਾ ਕੁਛ ਇਹਨਾਂ ਨੇ। ਪਰ ਡੈਂਟ ਚੰਗਾ ਪੈ ਜਾਣਾ ਜੇ ਕਿਤੇ, ਡੈਂਟ ਚੰਗਾ ਪੈ ਜਾਣਾ ਇਸ ਡੈਂਟ ਨੂੰ ਕਵਰ ਕਰਨ ਲਈ। ਦੇਖੋ ਹੁਣ ਅਯੁੱਧਿਆ ਮਸਲਾ ਉਠਾਇਆ ਜਾ ਰਿਹਾ, 25 ਦੇ ਕਰੀਬ ਜਿਹੜੇ ਨਾਂ ਨੇ ਸੁਰਿੰਦਰ ਸਿੰਘ ਜੀ ਉਹ ਬਦਲੇ ਜਾ ਰਹੇ ਨੇ, ਅਯੁੱਧਿਆ ਦਾ ਬਦਲ ਦਿੱਤਾ, ਮੁਗਲ ਸਰਾਏ ਦਾ ਬਦਲ ਦਿੱਤਾ, ਅਤੇ ਇਸ ਦੇ ਨਾਲ ਅਹਿਮਦਾਬਾਦ ਦੀ ਗੱਲ ਹੋ ਰਹੀ ਹੈ। ਇਰਫਾਨ ਹਬੀਬ ਉੱਗੇ ਹਿਸਟੋਰੀਅਨ ਨੇ, ਉਹਨਾਂ ਨੇ ਲਿਖਿਆ ਕਿ ਜਿਹੜਾ ਬੀਜੇਪੀ ਦੇ ਪ੍ਰਧਾਨ ਨੇ ਅਮਿਤ ਸ਼ਾਹ, ਹਾਂਜੀ, ਕਿ ਜਿਹੜਾ ਸ਼ਾਹ ਨਾਂ ਆ ਇਹ ਵੀ ਫਾਰਸੀ ਦਾ, ਫਿਰ ਭਾਈ ਤੁਸੀਂ ਇਹ ਵੀ ਬਦਲ ਦਿਓ, ਇਹ ਵੀ ਬਦਲੋ। ਹੁਣ ਤੁਸੀਂ ਹਿੰਦੂ ਧਰਮ ਦੀ ਗੱਲ ਕਰਦੇ ਹੋ, ਹਿੰਦੂ ਕਈ ਤਾਂ ਹੁਣ ਇਹ ਹੈ ਨਾ ਕਹਿੰਦੇ ਜੀ ਤੁਸੀਂ ਇੰਡੀਆ ਛੱਡੋ, ਭਾਰਤ ਛੱਡੋ, ਮੁਲਕ ਦਾ ਸੰਵਿਧਾਨ ਦੇ ਵਿੱਚ ਹੀ ਇੰਡੀਆ ਦਾ ਸੋਰੀ ਹਿੰਦੁਸਤਾਨ ਦਾ ਨਾਂ ਨਹੀਂ ਹੈ, ਤੁਸੀਂ ਹੁਣ ਹਿੰਦੁਸਤਾਨ ਬਣਾਉਣ ਦੀ ਗੱਲ ਕਰਦੇ ਹੋ। ਪਰ ਸਵਾਲ ਉੱਠਦਾ ਹੈ ਕਿ ਇਹ ਜਿਹੜਾ ਲਫ਼ਜ਼ ਹੈ ਸਨਾਤਨ ਧਰਮ ਹੈ ਹਿੰਦੂ ਧਰਮ ਜੀ, ਇਹ ਹਿੰਦੂ ਦਾ ਨਾਂ ਕਿੱਥੋਂ ਆਇਆ? ਇਹ ਤਾਂ ਜਿਹੜੇ ਅਫਗਾਨੀ ਨੇ ਤੁਸੀਂ ਤਾਂ ਖੋਜ ਕੀਤੀ ਹੈ, ਉਹ ਮਤਲਬ ਸਪਤ ਸਿੰਧੂ ਕਰਕੇ ਸਿੰਧ ਨੂੰ ਹਿੰਦ ਕਹਿੰਦੇ, ਸਿੰਧ ਨੂੰ, ਹਾਂ, ਉਹਨਾਂ ਤੋਂ ਸੱਸਾ ਬੋਲਿਆ ਨਹੀਂ ਸੀ ਜਾਂਦਾ, ਉਹ ਮੇਰੀ ਬੁੱਕ ਦੇ ਵਿੱਚ ਹੈਗਾ ਇਹ, ਤੁਹਾਡੀ ਕਿਤਾਬ ਤੇ, ਹਾਂ, ਸਿੱਧੂ ਪੁਰਾਣਾ ਨਿਕਾਸ ਤੇ ਵਿਕਾਸ ਦੇ ਵਿੱਚ ਉਹਦੇ ਵਿੱਚ ਕਲੀਅਰ ਹੈ, ਮੈਂ ਖੋਜ ਕਰਕੇ ਲਿਖਿਆ ਵੀ ਉਹਨਾਂ ਤੋਂ ਸੱਸਾ ਨਹੀਂ ਬੋਲਿਆ ਜਾਂਦਾ। ਉਹ ਤਾਂ ਅੱਜ ਵੀ ਤੁਸੀਂ ਵੇਖੋ ਸੁਰਿੰਦਰ ਸਿੰਘ ਜੀ ਜਦੋਂ ਤੁਸੀਂ ਮਾਝ 'ਚ ਜਾਓ ਉਹ ਕਹਿਣਗੇ ਸਾਡੀ ਹਵੇਲੀ ਆ ਜੀ, ਸਾਡੀ ਹਵੇਲੀ, ਹਾਂ, ਉਹ ਸੱਸਾ ਨਹੀਂ ਕਹਿੰਦੇ, ਸੱਸਾ ਅਜੇ ਵੀ ਨਹੀਂ ਕਹਿੰਦੇ ਕਿਉਂਕਿ ਬੈਕਗ੍ਰਾਉਂਡ ਉੱਧਰੋਂ ਹੀ ਆ ਉਹਨਾਂ ਦੀ। ਹਾਂ ਬਿਲਕੁਲ ਬਿਲਕੁਲ। ਸੋ ਇਸ ਕਰਕੇ ਹੁਣ ਤੇ ਜੇ ਤੁਸੀਂ ਇਹ ਬਦਲਣ ਲਈ ਲੱਗੇ ਹੋ ਫਿਰ ਹਿੰਦੁਸਤਾਨ ਦਾ ਨਾਂ ਵੀ ਕਿਸੇ ਬਗਾਨੇ ਨੇ ਦਿੱਤਾ ਜਿਨ੍ਹਾਂ ਦੇ ਤੁਸੀਂ ਨਾਂ ਬਦਲੇ ਹੋ, ਹਿੰਦੂ ਧਰਮ ਦੇ ਵਿੱਚ ਤੁਸੀਂ ਮਾਣ ਕਰਦੇ ਹੋ, ਹਿੰਦੂ ਦਾ ਜਿਹੜਾ ਨਾਂ ਹੀ ਉਹ ਵੀ ਬਗਾਨੇ ਬੰਦੇ, ਉਹ ਵੀ ਬਗਾਨੇ ਬੰਦੇ ਨੇ ਕਿਵੇਂ ਬਦਲਦੇ? ਬਿਲਕੁਲ ਬਿਲਕੁਲ ਬਿਲਕੁਲ। ਇਹ ਕੱਟੜਤਾ ਨਾਵਾਂ ਦੀ ਤਬਦੀਲੀ ਦੀ ਸੁਰਿੰਦਰ ਸਿੰਘ ਜੀ ਲੱਗਦਾ ਵੋਟ ਬੈਂਕ ਤਾਂ ਪੱਕੀ ਕਰਜੂ? ਨਹੀਂ ਪਰਮਿੰਦਰ, ਮੈਂ ਇਹਦੇ ਨਾਲ ਸਹਿਮਤ ਨਹੀਂ ਹਾਂ। ਦੇਖੋ ਮੈਂ ਸਿੱਧੂ ਸਾਹਿਬ ਦੀ ਇੱਕ ਗੱਲ ਨਾਲ ਤਾਂ ਸਹਿਮਤ ਹਾਂ ਕਿ ਜਿੱਥੋਂ ਤੱਕ ਰਾਜਸਥਾਨ ਦਾ ਸਵਾਲ ਆ 5 ਸਟੇਟਾਂ 'ਚ ਉਹ ਜਾ ਚੁੱਕਿਆ, ਪਰ ਮੈਨੂੰ ਲੱਗਦਾ ਕਿ ਇਸ ਵਾਰ ਮੱਧ ਪ੍ਰਦੇਸ਼ ਵੀ ਖਿਸਕ ਜਾਣਾ, ਨਾ ਖਿਸਕ ਗਿਆ ਤਾਂ ਇੱਦਾਂ ਦੀ ਟਾਈ ਪੈ ਜਾਵੇਗੀ ਕਿ ਸ਼ਾਇਦ ਦੋਨਾਂ ਦੇ ਪੱਲੇ ਹੀ ਕੁਛ ਨਾ ਹੋਏਗਾ, ਕੁਛ ਨਾ ਹੋਏ, ਠੀਕ ਹੈ। ਅਤੇ ਇਹੀ ਹਾਲ ਛੱਤੀਸਗੜ੍ਹ 'ਚ ਹੋਣ ਜਾ ਰਿਹਾ, ਇਹ 3 ਸਟੇਟਾਂ ਦੀ, ਅਤੇ ਹਾਲ ਤਾਂ ਦੂਸਰੀਆਂ 2 ਦੀ ਅਜੇ ਕਰ ਨਹੀਂ ਸਕਦੇ ਕਿਉਂਕਿ ਸਟੇਟਾਂ ਵੀ ਛੋਟੀਆਂ, ਉਹਦੀ ਅਜੇ ਗੱਲ ਵੀ ਨਹੀਂ ਕਰ ਸਕਦੇ ਕਿ ਹਾਲਾਤ ਕੀ ਬਣਦੇ, ਪਰ ਇਹ ਜਿਹੜੀਆਂ 3 ਸਟੇਟਾਂ ਸ਼ਾਇਦ ਮੇਰੇ ਹਿਸਾਬ ਦੇ ਨਾਲ ਬੀਜੇਪੀ ਨੂੰ ਬਹੁਤ ਵੱਡਾ ਡੈਂਟ ਜਿਹੜਾ ਉਹ ਪੈਣ ਜਾ ਰਿਹਾ, ਕਿ ਪਤਾ ਨਹੀਂ ਬਾਤ ਐਂਡ ਆਉਂਦੇ ਆਉਂਦੇ ਬਚਾਵੇ ਕਿ ਨਾ ਬਚਾਵੇ, ਪਰ ਮੇਰੇ ਹਿਸਾਬ ਦੇ ਨਾਲ ਜੋ ਅੱਜ ਦੀ ਹਾਲਾਤ ਹੈ ਕਿ ਬੀਜੇਪੀ ਨੂੰ 1 ਸਟੇਟ ਤਾਂ ਖੁੱਸ ਗਈ ਅਤੇ 2 ਜਿਹੜੀਆਂ ਉੱਥੇ ਬਹੁਤ ਬੁਰੀ ਤਰ੍ਹਾਂ ਨਾਲ ਜਿਹੜੀ ਉਹ ਲਤਾੜੀ ਜਾ ਚੁੱਕੀ ਆ, ਸ਼ਾਇਦ ਖੜੀ ਨਾ ਹੋ ਸਕੇ ਜਿਹੜੀ ਹਾਲਾਤ ਬਣੀ ਆ। ਜਿਸ ਤਰ੍ਹਾਂ ਇਹ ਅਯੁੱਧਿਆ ਮੰਦਰ ਦਾ ਮਸਲਾ ਸੁਪਰੀਮ ਕੋਰਟ 'ਚ ਦੁਬਾਰਾ ਗਿਆ ਕਿ ਜਲਦੀ ਸੁਣਵਾਈ ਕਰੋ, ਸੁਪਰੀਮ ਕੋਰਟ ਨੇ ਮਨ੍ਹਾ ਕਰ ਦਿੱਤਾ, ਮੰਨ ਲਓ ਜੇ ਇਹਨਾਂ 5 ਸੂਬਿਆਂ 'ਚ ਬੀਜੇਪੀ ਹਾਰਦੀ ਹੈ ਤਾਂ ਲੱਗਦਾ ਕਿ ਉਹ ਕੱਟੜਵਾਦ ਦਾ, ਇਹ ਨਾਵਾਂ ਦਾ ਪੱਤਾ, ਇਹ ਮੰਦਰ ਦਾ ਪੱਤਾ, ਮੇਰੇ ਖਿਆਲ ਬੀਜੇਪੀ ਸਟੈਪ ਚੱਕੂਗੀ ਘਾਤਕ? ਨਹੀਂ, ਜੋ ਮਰਜ਼ੀ ਚੱਕੀ ਜਾਏ ਜੀ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਫਿਰਕੂ ਫਸਾਦ ਸ਼ੁਰੂ ਹੋ ਸਕਦੇ ਆ ਇਹਨਾਂ ਗੱਲਾਂ ਦੇ ਨਾਲ। ਜੇ ਤੁਸੀਂ ਕਹੋਗੇ ਹੁਣ, ਪਹਿਲਾਂ ਗੱਲਾਂ ਹੁੰਦੀਆਂ ਸੀ ਵੀ ਉਹ ਜਦੋਂ ਫਿਲਮਾਂ ਦੇ ਕੋਈ ਗਾਣੇ ਹੁੰਦੇ ਸੀ, ਨਾ ਹਿੰਦੂ ਬਣੇਗਾ ਨਾ ਮੁਸਲਮਾਨ ਬਣੇਗਾ, ਇਨਸਾਨ ਕੀ ਔਲਾਦ ਹੈ ਇਨਸਾਨ ਬਣੇਗਾ, ਉਹ ਇਹ ਗੱਲਾਂ ਕਰਦੇ ਹੁੰਦੇ ਸੀ। ਹੁਣ ਕਹਿੰਦੇ ਵੀ ਮੁੱਲਾਂ ਵੀ ਬੋਲੇਗਾ ਰਾਮ ਕੀ ਜਾਏ, ਇਹ ਕੋਈ ਗੱਲਾਂ ਨਹੀਂ ਹਨ। ਉਹ ਫਲਾਣਾ ਵੀ ਬੋਲੇਗਾ ਰਾਮ ਕੀ ਜਾਏ, ਇਹ ਫਿਰਕੂ ਵਾਲੇ ਪਾਸੇ ਲਿਜਾਣ ਦੀ ਗੱਲ ਹੈਗੀ ਹੈ ਜੀ। ਇਹਨਾਂ ਨੂੰ ਹੋਰ ਕੋਈ ਮੁੱਦਾ ਚਾਹੀਦਾ ਹੀ ਨਹੀਂ, ਇਹਨਾਂ ਨੂੰ ਚਾਹੀਦਾ ਇਹ ਕਹਿੰਦੇ ਵੀ ਜਿਹੜੇ ਜਨਮ ਸਿੱਧ ਅਧਿਕਾਰ, ਅਕਾਲੀ ਦਲ ਕਹਿੰਦਾ ਵੀ ਸਾਡਾ ਸਿੱਖ ਧਰਮ 'ਤੇ ਜਨਮ ਸਿੱਧ ਅਧਿਕਾਰ ਹੈ, ਹੋਰ ਕੋਈ ਸਿੱਖ ਨਹੀਂ ਹੈ। ਜਿਹੜਾ ਅਕਾਲੀ ਦਲ ਵਾਲਾ ਹੈਗਾ, ਅਕਾਲੀ ਦਲ 'ਚ ਰਜਿਸਟਰ ਹੋ ਗਿਆ, ਉਹ 'ਚ ਜਿੰਨਾ ਮਰਜ਼ੀ ਝੂਠ ਮਾਰੀ ਜਾਏ, ਜਿੰਨਾ ਮਰਜ਼ੀ ਠੱਗੀ ਕਰੀ ਜਾਏ, ਜਿੰਨਾ ਮਰਜ਼ੀ ਨਸ਼ੇ ਵੇਚੀ ਜਾਏ, ਅਸਲ ਟਕਸਾਲੀ ਅਕਾਲੀ ਉਹੀ ਹੈ ਜੀ। ਇਵੇਂ ਜਿਵੇਂ ਇਹ ਕਹਿੰਦੇ ਆ ਬੀਜੇਪੀ ਵਾਲੇ ਕਹਿੰਦੇ ਆ RSS ਵਾਲੇ ਨੇ, ਬਾਕੀ ਸਭ ਹਰਾਮ ਵੀ, ਹਾਂ, ਬਾਕੀ ਸਭ ਕਿਸੇ ਦਾ ਕੁਛ ਨਹੀਂ ਹੈ। ਔਰ ਸਭ ਤੋਂ ਜ਼ਿਆਦਾ ਛਾਤਰ ਇਹ ਧਾਰਮਿਕ ਨੇਤਾ ਹੀ ਨੇ, ਹੋਰ ਕੋਈ ਨਹੀਂ ਹੈ। ਜਿਹੜੇ ਥੱਲੇ ਵਾਲੇ ਕੌਮ ਜਿਨ੍ਹਾਂ ਦੀ ਅਸਲ ਦੇ ਵਿੱਚ ਧਰਮ ਦੇ ਵਿੱਚ ਆਸਥਾ ਹੈ ਜੀ, ਉਹ ਬੰਦੇ ਬੜੇ ਕਲੀਅਰ ਹਾਰਟਡ ਨੇ ਜੀ। ਸੁਰਿੰਦਰ ਸਿੰਘ ਜੀ ਜਾਂਦੇ ਜਾਂਦੇ ਇਸ ਵਿਸ਼ੇ ਤੇ ਕਿ ਮੋਦੀ ਸਾਹਿਬ ਇਹ ਧਰਮ ਦਾ ਪੱਤਾ ਖੇਡ ਸਕਦੇ ਆ? ਨਹੀਂ, ਪਰਮਿੰਦਰ ਪਹਿਲਾਂ ਵੀ ਤੇ ਖੇਡਿਆ, ਅੱਗੇ ਵੀ ਖੇਡਣਗੇ, ਉਹ ਤਾਂ ਖੇਡਦੇ ਰਹਿਣਾ। ਪਤਾ ਗੱਲ ਕੀ ਹੈ, ਕੁਛ ਪਰਮਿੰਦਰ ਚਾਹੇ 5 ਸਟੇਟੇ ਖੁੱਸ ਜਾਣ, ਪਰ ਜਦੋਂ
ਪਾਰਲੀਮੈਂਟ ਦੀ 2019 ਦੀ ਆਈ ਤਾਂ ਪਰਮਿੰਦਰ ਉਹਦੇ 'ਚ ਕੋਈ ਬਦਲ ਜਿਹੜਾ ਉਹ ਦਿਖਾਈ ਨਹੀਂ ਦਿੰਦਾ ਠੀਕ ਹੈ ਉੱਥੇ ਸ਼ਾਇਦ ਮੋਦੀ ਸਾਹਿਬ ਫਿਰ ਦਾ ਮਾਰਨਗੇ ਜੋ ਮਰਜ਼ੀ ਹੋ ਜਾਏ ਚਾਹੇ ਉਹ ਮੈਜੋਰਟੀ ਨਾਲ ਹੀ ਆਉਣ ਲੇਕਿਨ ਸਿੰਪਲ ਮੈਜੋਰਟੀ ਵੀ ਆਏਗੀ ਲੇਕਿਨ ਉਹ ਲੈਣਗੇ ਕਿਉਂਕਿ ਬਦਲ ਹੈ ਨਹੀਂ ਗਾ ਜਦੋਂ ਬਦਲ ਨਾ ਹੋਵੇ ਬਰਾਬਰ ਕੈਂਡੀਡੇਟ ਨਾ ਦਿਖਾਈ ਦੇਵੇ ਤਾਂ ਹੁੰਦਾ ਜਿੱਥੋਂ ਤੱਕ ਧਾਰਮਿਕ ਪੱਤੇ ਦੀ ਗੱਲ ਆ ਉਹ ਤਾਂ ਉਹਨਾਂ ਨੇ ਪਹਿਲਾਂ ਵੀ ਖੇਡਿਆ ਤੇ ਅੱਗੇ ਵੀ ਖੇਡਦੇ ਰਹਿਣਗੇ ਕਿਉਂਕਿ ਰਾਜਨੀਤਿਕ ਲੋਕ ਆ ਰਾਜਨੀਤਿਕ ਲੋਕ ਬਣੇ ਹੀ ਪੱਤੇ ਖੇਡਣ ਲਈ ਆ ਤੇ ਰਾਜਨੀਤੀ ਕਰਨ ਲਈ ਇਸ ਕਰਕੇ ਉਹਨਾਂ ਨੇ ਕਰਦੇ ਰਹਿਣਾ ਜੀ ਸੁਰਿੰਦਰ ਸਿੰਘ ਜੀ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਸਰ ਨਾਮਦੇਵ ਸਿੰਘ ਸਿੱਧੂ ਸਾਹਿਬ ਆਪ ਜੀ ਦਾ ਵੀ ਧੰਨਵਾਦ ਤੇ ਅਕਾਲ ਚੈਨਲ ਦੇ ਪ੍ਰੋਗਰਾਮ ਸੱਚ ਦਾ ਸਾਹਮਣਾ ਦੇ ਸਤਿਕਾਰਤ ਦਰਸ਼ਕਾਂ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ ਵੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਨ ਲਈ ਅੱਗੇ ਚਾਹਾਂਗਾ ਧੰਨਵਾਦ ਸਤਿ ਸ਼੍ਰੀ ਅਕਾਲ।